ਕਮਾਈ ਦੇ ਵਿੱਚੋਂ ਯੋਗਦਾਨ ਪਾਇਆ ਜਾਵੇ ਤੇ ਕੱਲ ਪੂਰਨਮਾਸ਼ੀ ਦੇ ਭੋਗ ਪੈਣੇ ਹਨ। 9:45 ਤੋਂ 9:30 ਵਜੇ ਤੱਕ ਬਾਬਾ ਜੀ ਟਾਈਮ ਲਾਉਣਗੇ, ਕਥਾ ਸੁਣਾਉਣਗੇ, ਤੁਹਾਨੂੰ ਇਤਿਹਾਸ ਸੁਣਾਉਣਗੇ। ਆਪ ਜੀ ਨੇ ਇਸੇ ਤਰ੍ਹਾਂ ਹੀ ਵੱਧ ਤੋਂ ਵੱਧ ਸੰਗਤ ਨੇ ਦਰਸ਼ਨ ਦੇਣੇ ਅਤੇ ਇਹ ਬੇਨਤੀ ਜ਼ਰੂਰ ਪ੍ਰਵਾਨ ਕਰ ਲੈਣੀ ਜੋ ਆਪ ਜੀ ਨੇ ਸਰਵਨ ਕੀਤੀ ਹੈ। ਜ਼ਿਆਦਾ ਨਾ ਬੋਲਦੇ ਹੋਏ ਇਸੇ ਤਰ੍ਹਾਂ ਹੀ ਬੇਨਤੀ ਕਰਦੇ ਹਾਂ ਤੁਹਾਨੂੰ ਵੱਧ ਤੋਂ ਵੱਧ ਸੇਵਾ ਕਰਨੀ। ਸੋ ਆਓ ਹੁਣ ਆਪਾਂ ਹਰਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ ਇਤਿਹਾਸ ਦੇ ਨਾਲ ਕਥੇ ਦੇ ਨਾਲ ਜੁੜੀਏ। ਆਓ ਆਪਾਂ ਸੰਤ ਗਿਆਨੀ ਬਾਬਾ ਸ਼ੇਰ ਸਿੰਘ ਜੀ ਅੰਬਾਲਾ ਸਾਹਿਬ ਵਾਲੇ ਉਹਨਾਂ ਤੋਂ ਸਰਵਨ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਨਾਨਕ ਪਾਦ ਪੰਕਜ ਬੰਦਨ, ਪਾਦ ਪੰਕਜ ਬੰਦਨ, ਸਿਮਰਾ ਅੰਗਦ ਦੁਖ ਨਿਕੰਦਨ, ਅਮਰਦਾਸ ਗੁਰ ਹਿਰਦੈ ਤਿਆਵੋ ਜੀ ਹਿਰਦੈ ਤਿਆਵੋ, ਸ੍ਰੀ ਗੁਰੂ ਰਾਮਦਾਸ ਗੁਣ ਗਾਵੋ, ਗੁਰੂ ਅਰਜਨ ਬਿਗਨਨ ਕੇ ਨਾਸਕ, ਬਿਗਨਨ ਕੇ ਨਾਸਕ, ਹਾਰੇ ਗੋਬਿੰਦ ਸ਼ੁਭ ਮਤ ਪ੍ਰਕਾਸ਼ਕ, ਸ੍ਰੀ ਹਰਿ ਰਾਇ ਨਮੋ ਕਰ ਜੋਰੀ, ਸ੍ਰੀ ਹਰਿ ਕ੍ਰਿਸ਼ਨ ਮਨਾਉ ਬਹੁ, ਤੇਗ ਬਹਾਦਰ ਪਰਮ ਕਿਰਪਾਲਾ ਜੀ, ਪਰਮ ਕਿਰਪਾ ਸ੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ, ਤਾਰੋਂ ਤਰਾ ਪਰ ਪੁਨ ਪੁਨ ਸੀਸਾ, ਵਾਹਿਗੁਰੂ ਪੁਨ ਪੁਨ ਸੀਸਾ, ਬੰਦੋ ਬਾਰ ਬਾਰ ਜਗਦੀਸਾ, ਏਕੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ, ਬਿਘਨ ਬਿਨਾਸਨ ਜਿਸ ਮੈਂ ਅੰਮ੍ਰਿਤ ਗਿਆਨ ਹੈ, ਮਾਨਕ ਭਗਤ ਗੁਰੂ ਗ੍ਰੰਥ ਸਾਹਿਬ ਉਦਦ, ਬੰਦੋ ਕਰਨ ਕਹਾ ਬੁੱਧ ਪ੍ਰਭ ਤੁਛ ਹਮਾਰੀ, ਵਰਨ ਸਕੈ ਮਹਿਮਾ ਜੋ ਤਿਹਾਰੀ, ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ, ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਦੋਹਰਾ ਭੀਮ ਚੰਦ ਕਹਿ ਲੂਰੀਆ,
ਸੈਲ ਨਿਰੰਦ ਬੁਲੰਦ ਸੁਨ ਸਤ ਗੁਰ ਕੇ ਸੁਜਸ ਕੋ ਹਿਰਦੇ ਵਿਸਾਲ ਆਨੰਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਜੋ ਗੁਰੂ ਕੀ ਸਾਜੀ ਨਵਾਜੀ ਹੋਈ, ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਆਪ ਜੀ ਅਤਿਅੰਤ ਵਡਭਾਗੇ ਹੋ ਗਰੀਬ ਨਿਵਾਜ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੋਦ ਵਿੱਚ ਬੈਠ ਕਰਕੇ ਸੋਧਾ ਰਹਿ ਰਾਜ ਸਾਹਿਬ ਜੀ ਦੇ ਪਾਠ ਗੁਰਬਾਣੀ ਦਾ ਰਹੱਸ ਪ੍ਰਾਪਤ ਕੀਤਾ ਹੈ। ਆਓ ਹੁਣ ਗੁਰ ਇਤਿਹਾਸ ਦੀ ਲੜੀਵਾਰ ਕਥਾ ਨਾਲ ਜੁੜ ਜਾਈਏ, ਜੋ ਮਹਾਰਾਜ ਕਲਗੀਧਰ ਪਾਤਸ਼ਾਹ ਜੀ ਨੇ ਰਣਜੀਤ ਨਗਾਰਾ ਵਜਾਇਆ, ਜਿਸ ਦੀ ਗੂੰਜ ਨਾਲ 22 ਧਾਰ ਦੀਆਂ ਪਹਾੜੀਆਂ ਥਰ ਥਰ ਕੰਬੀਆਂ ਹਨ ਔਰ ਜ਼ਾਲਮਾਂ ਦੇ ਹਿਰਦੇ ਕੰਬ ਗਏ ਹਨ। ਧਰਮੀ ਸੂਰਬੀਰਾਂ ਦੇ ਹਿਰਦੇ ਉਤਸ਼ਾਹ ਨਾਲ ਭਰਪੂਰ ਹੋ ਗਏ ਹਨ। ਐਸਾ ਸਤਿਗੁਰੂ ਜੀ ਨੇ ਨਗਾਰਾ ਵਜਾਇਆ ਸ੍ਰੀ ਅਨੰਦਪੁਰ ਸਾਹਿਬ ਦੇ ਇਲਾਕੇ ਵਿੱਚ। ਜਦੋਂ ਇਹਦੀ ਗਰਜਨਾ ਰਾਜਾ ਭੀਮ ਚੰਦ ਦੇ ਕੰਨਾਂ 'ਚ ਪਈ, ਸੁਣ ਕੇ ਬੜਾ ਅਚੰਭਾ ਹੋਇਆ। ਆਪਣੇ ਵਜ਼ੀਰ ਨੂੰ ਪੁੱਛਿਆ, ਮੇਰੇ ਰਾਜ ਵਿੱਚ ਇਹ ਨਗਾਰਾ ਕਿਸ ਦਾ ਵੱਜ ਰਿਹਾ ਹੈ? ਕਿ ਕਿਸੇ ਨੇ ਮੇਰੇ ਰਾਜ 'ਤੇ ਹਮਲਾ ਕਰ ਦਿੱਤਾ ਹੈ? ਕੋਈ ਦੂਸਰਾ ਰਾਜਾ ਆ ਗਿਆ? ਵਜ਼ੀਰ ਨੇ ਆਖਿਆ, ਨਹੀਂ ਰਾਜਾ ਜੀ, ਇਹ ਸਤਿਗੁਰੂ ਮਹਾਰਾਜ ਗੁਰੂ ਨਾਨਕ ਦੇਵ ਜੀ ਦੀ ਗੱਦੀ ਦੇ ਮਾਲਕ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਲਖਤੇ ਜਿਗਰ ਸੂਰਬੀਰ ਬਹਾਦਰ ਯੋਧੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਨਗਾਰਾ ਵੱਜ ਰਿਹਾ ਹੈ। ਉਹ ਆਪਣੀ ਮੌਜ ਵਿੱਚ ਵਿਚਰਦੇ ਨੇ। ਆਪਣੇ ਦਾਦਾ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਤਰ੍ਹਾਂ ਬੜੇ ਬਹਾਦਰ ਸੂਰਮੇ ਯੋਧੇ ਹਨ। ਇਹੋ ਜਿਹੇ ਮਹਾਂਪੁਰਸ਼ਾਂ ਨਾਲ ਵਿਗਾੜਨੀ ਨਹੀਂ ਚਾਹੀਦੀ, ਬਲਕਿ ਗੁਆਂਢੀ ਬਲੀ ਹੋਵੇ ਤਾਂ ਉਹਦੇ ਨਾਲ ਬਣਾ ਕੇ ਰੱਖੀ ਦੀ ਹੈ। ਕਿਸੇ ਵੇਲੇ ਔਖੇ ਵੇਲੇ ਗੁਆਂਢੀ ਕੰਮ ਆਉਂਦਾ ਹੈ। ਆਪਾਂ ਗੁਰੂ ਸਾਹਿਬ ਨਾਲ ਪ੍ਰੇਮ ਰੱਖਾਂਗੇ ਤਾਂ ਚੰਗੇ ਰਹਾਂਗੇ। ਇਹ ਸੁਣ ਕੇ ਰਾਜਾ ਭੀਮ ਚੰਦ ਨੂੰ ਕੁਝ ਸ਼ਾਂਤੀ ਜੀ ਮਿਲੀ। ਉਸ ਨੇ ਫਿਰ ਗੁਰੂ ਸਾਹਿਬ ਜੀ ਨੂੰ ਮਿਲਣ ਦੀਆਂ ਤਿਆਰੀਆਂ ਕਿਵੇਂ ਕੀਤੀਆਂ, ਉਹ ਕਥਾ ਅੱਜ ਦੇ ਪ੍ਰਕਰਣਾਂ ਵਿੱਚ ਆਪ ਜੀ ਸਰਵਣ ਕਰੋ। ਆਪਣੀ ਬਿਰਤੀ ਨੂੰ ਸ੍ਰੀ ਅਨੰਦਪੁਰ ਸਾਹਿਬ ਕਲਗੀਆਂ ਵਾਲੇ ਪਾਤਸ਼ਾਹ ਦੇ ਚਰਨਾਂ 'ਚ ਲੈ ਚੱਲੀਏ ਅਤੇ ਬੇਨਤੀ ਕਰੀਏ ਵੀ ਗਰੀਬ ਨਿਵਾਜ, ਜਿੰਨਾ ਸਮਾਂ ਆਪ ਜੀ ਦੀ ਕਥਾ ਸੁਣਨੀ ਹੈ ਉਨ੍ਹਾਂ ਚਿਰ ਸਾਡੀ ਬਿਰਤੀ ਤੁਹਾਡੇ ਚਰਨਾਂ ਵਿੱਚ ਹੀ ਰਹੇ, ਕਿਉਂਕਿ ਕਥਾ ਦਾ ਇਹ ਮਹਾਤਮ ਹੈ। ਕਥਾ ਜਿੱਥੋਂ ਆਈ ਹੈ ਨਾ ਉੱਥੇ ਲੈ ਜਾਂਦੀ ਹੈ। ਕਿਹਨੂੰ ਲੈ ਕੇ ਜਾਂਦੀ ਹੈ? ਸਾਡੀ ਸੁਰਤੀ ਨੂੰ। ਅਤੇ ਸੁਰਤੀ ਦਾ ਹੀ ਸਫ਼ਰ ਹੈ ਸਾਧ ਸੰਗਤ ਜੀ, ਗੁਰੂ ਘਰ ਦੇ ਵਿੱਚ। ਮਨ ਬਿਰਤੀਆਂ ਜੋੜ ਕੇ ਆਖੋ, ਸਤਨਾਮ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਭੀਮ ਚੰਦ ਕਹਿਲੂਰੀਆ, ਰਾਜਾ ਭੀਮ ਚੰਦ ਕਹਿਲੂਰ ਦਾ ਰਾਜਾ, ਸੈਲ ਨਿਰੰਦ ਬੁਲੰਦ, ਇਹ 22 ਧਾਰ ਦੇ ਪਹਾੜੀ ਰਾਜਿਆਂ ਚੋਂ ਵੱਡਾ ਰਾਜਾ ਹੈ। ਸੁਣ ਸਤਿਗੁਰ ਕੇ ਸੁਜਸ ਕੋ, ਸ੍ਰੀ ਕਲਗੀਧਰ ਮਹਾਰਾਜ ਦੀ ਮਹਿਮਾ ਸੁਣ ਕੇ ਹਿਰਦੇ ਵਿਸਾਲ ਆਨੰਦ, ਬੜਾ ਆਨੰਦ ਹੋਇਆ, ਉਸ ਨੂੰ ਸੁਖ ਮਿਲਿਆ ਹੈ। ਜੋ ਪਈ ਸਚਿਵਨ ਸੰਗ ਮੰਤਰ ਪੁਨ ਕਰਿਓ, ਫਿਰ ਆਪਣੇ ਮੰਤਰੀਆਂ ਨਾਲ ਸਲਾਹ ਕਰਨ ਲੱਗਾ। ਸੰਦ ਵਿਖੇ ਗੁਣ ਬ੍ਰਿੰਦ ਵਿਚਰਿਓ, ਕਹਿਣ ਲੱਗਾ, ਠੀਕ ਹੈ ਤੁਹਾਡੀ ਗੱਲ, ਤਾਕਤਵਰ ਸੱਜਣ ਮਿੱਤਰ ਹੋਵੇ, ਗੁਆਂਢੀ ਹੋਵੇ ਤੇ ਉਹਦੇ ਨਾਲ ਬਣਾ ਕੇ ਰੱਖਣ ਚ ਬੜੇ ਫਾਇਦੇ ਹੁੰਦੇ ਨੇ। ਸੁਣੋ ਵਜ਼ੀਰ ਪ੍ਰਥਮ ਤਹਿ ਜਈਐ, ਆਪਣੇ ਵਜ਼ੀਰ ਦੇਵੀ ਦਾਸ ਨੂੰ ਕਹਿਣ ਲੱਗਾ, ਵਜ਼ੀਰ ਜੀ ਪਹਿਲਾਂ ਤੁਸੀਂ ਜਾਓ, ਭੇਤ ਸਕਲ ਬਾਤਨ ਤੇ ਪਈਐ, ਔਰ ਵਜ਼ੀਰ ਜੀ ਤੁਸੀਂ ਜਾ ਕੇ ਸਾਰੀ ਗੱਲ ਬਾਤ ਦਾ ਭੇਤ ਪਾਓ, ਗੁਰੂ ਗੋਬਿੰਦ ਸਿੰਘ ਜੀ ਦਾ ਸੁਭਾਅ ਕਿੱਦਾਂ ਦਾ ਹੈ,
ਉਹ ਨਗਾਰਾ ਕਿਉਂ ਵਜਾਉਂਦੇ ਨੇ, ਫੌਜਾਂ ਕਿਉਂ ਰੱਖਦੇ ਨੇ, ਉਹਨਾਂ ਦੇ ਇਰਾਦੇ ਕੀ ਨੇ, ਉਹ ਆਉਣ ਵਾਲੇ ਸਮੇਂ 'ਚ ਕਰਨਾ ਕੀ ਚਾਹੁੰਦੇ ਨੇ, ਇਹਨਾਂ ਸਾਰੀਆਂ ਗੱਲਾਂ ਦਾ ਪਤਾ ਲੱਗੇਗਾ ਜਦੋਂ ਤੁਸੀਂ ਗੁਰੂ ਜੀ ਨੂੰ ਜਾ ਕੇ ਮਿਲੋਗੇ। ਕਿਉਂਕਿ ਬੋਲੇ ਤੋਲੇ ਬਿਨਾਂ ਕੈਸੇ ਗੁਣ ਜਾਣੀਏ। ਵਿਦਵਾਨਾਂ ਨੇ ਕਿਹਾ ਵੀ ਜਿੰਨਾ ਚਿਰ ਕਿਸੇ ਚੀਜ਼ ਨੂੰ ਆਪਾਂ ਤੋਲਦੇ ਨਹੀਂ ਉਹਦਾ ਵਜ਼ਨ ਕਿੰਨਾ ਹੈ ਪਤਾ ਨਹੀਂ ਲੱਗਦਾ। ਜਿੰਨਾ ਚਿਰ ਕਿਸੇ ਬੰਦੇ ਨਾਲ ਆਪਾਂ ਗੱਲਬਾਤ ਹੀ ਨਹੀਂ ਕਰਦੇ, ਬਹਿ ਕੇ ਡਾਇਲੋਗ ਨਹੀਂ ਕਰਦੇ, ਉਹ ਬੰਦਾ ਇਹਦੇ ਮਨ ਵਿੱਚ ਕੀ ਹੈ ਪਤਾ ਨਹੀਂ ਚੱਲਦਾ। ਸੋ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨਾਲ ਗੱਲਬਾਤ ਕਰੋ, ਪਤਾ ਲੱਗੇਗਾ ਵੀ ਉਹਨਾਂ ਦਾ ਇਰਾਦਾ ਕੀ ਹੈ। ਹਮ ਕੰਨੈ ਕਹੁ ਟੇਕਨ ਮਾਥਾ, ਸਾਡੇ ਕੰਨੋਂ ਮੱਥਾ ਟੇਕਿਆ ਜੀ, ਇਹ ਪਹਾੜ ਦੀ ਬੋਲੀ ਹੈ। ਆਪਾਂ ਕਹਿੰਦੇ ਸਾਡੇ ਵੱਲੋਂ, ਉਹ ਕਹਿੰਦੇ ਸਾਡੇ ਕੰਨੋਂ, ਹਮ ਕੰਨੋਂ ਯਾਨੀ ਸਾਡੇ ਵੱਲੋਂ ਗੁਰੂ ਨੂੰ ਮੱਥਾ ਟੇਕਿਆ ਜੇ। ਹੁਣ ਗੁਰ ਸਾਥ ਮੇਲ ਕੀ ਗਾਥਾ, ਫਿਰ ਗੁਰੂ ਸਾਹਿਬ ਨਾਲ ਸਾਡੀ ਮੁਲਾਕਾਤ ਦਾ ਸਮਾਂ ਨੀਯਤ ਕਰਿਆ ਜੇ। ਉਹਨਾਂ ਨੂੰ ਪੁੱਛਿਆ ਜੇ ਵੀ ਗੁਰੂ ਜੀ, ਰਾਜਾ ਭੀਮ ਚੰਦ ਤੁਹਾਡੇ ਦਰਸ਼ਨ ਕਰਨ ਲਈ ਆਉਣਾ ਚਾਹੁੰਦਾ ਹੈ, ਕਦੋਂ ਆਈਏ, ਕਦੋਂ ਇਜਾਜ਼ਤ ਦਿਓਗੇ? ਅਪਰ ਨਰੇਸ਼ਨ ਸਮਹਮ ਨਾਹੀ, ਅਸੀਂ ਹੋਰ ਰਾਜਿਆਂ ਵਰਗੇ ਨਹੀਂ ਹਾਂ। ਸਦਾ ਬਾਸ ਬਾਸੈ ਪੁਰ ਪਾਹੀ, ਅਸੀਂ ਗੁਰੂ ਦੇ ਕੋਲ ਰਹਿੰਦੇ ਹਾਂ, ਗੁਰੂ ਦੇ ਗਵਾਂਢੀ ਹਾਂ। ਅਸੀਂ ਵੀ ਗੁਰੂ ਨੂੰ ਮਿਲਣਾ ਹੈ ਤੇ ਗੁਰੂ ਨੇ ਵੀ ਸਾਨੂੰ ਮਿਲਣਾ ਹੈ। ਅਨੇਕ ਵਿਧਨ ਕੇ ਰਾਜਨ ਕਾਜ, ਕਿਉਂਕਿ ਜਿਹੜੇ ਰਾਜ ਕਾਜ ਦੇ ਕੰਮ ਹਨ ਇਹ ਕਈ ਕਿਸਮ ਦੇ ਹੁੰਦੇ ਹੈ। ਰਾਜਿਆਂ ਨੂੰ ਕਈ ਚੀਜ਼ਾਂ ਦਾ ਉਤਰਾਅ ਚੜ੍ਹਾਅ ਦੇਖਣਾ ਪੈਂਦਾ। ਰਾਜਨੀਤੀ ਵੀ ਇੱਕ ਬੜੀ ਤਪੱਸਿਆ ਹੈ। ਰਾਜਨੀਤੀ ਕੋਈ ਸੌਖਾ ਕੰਮ ਨਹੀਂ। ਸਭ ਤੋਂ ਜ਼ਿਆਦਾ ਜ਼ਿੰਦਗੀ 'ਚ ਘੱਟ ਸੌਂਦੇ ਨੇ ਅਤੇ ਰਾਜੇ ਸੌਂਦੇ ਨੇ। ਨੀਂਦ ਹੀ ਨਹੀਂ ਆਉਂਦੀ, ਫਿਕਰਾਂ ਵਿੱਚ ਜ਼ਿੰਦਗੀ ਲੰਘ ਜਾਂਦੀ। ਸੋ ਸਾਨੂੰ ਰਾਜਿਆਂ ਨੂੰ ਬੜੀਆਂ ਗੱਲਾਂ ਦਾ ਖਿਆਲ ਰੱਖਣਾ ਪੈਂਦਾ ਹੈ। ਹਾਂ, ਕਹਿੰਦੇ ਕਿਤੇ ਫੌਜ ਦੀ ਲੋੜ ਪੈਂਦੀ ਹੈ, ਕਿਤੇ ਜੰਗ ਦੀ ਲੋੜ ਪੈਂਦੀ ਹੈ, ਅਜੇ ਆਪਣਾ ਗੁਆਂਢੀ ਚੰਗਾ ਹੋਵੇ ਤੇ ਉਹਦੀ ਮਦਦ ਦੀ ਲੋੜ ਪੈਂਦੀ ਹੈ। ਸੰਦ ਕਰੇ ਸੁਧ ਰਹਿਦਹੁ ਔਰ, ਜੇ ਗੁਰੂ ਗੋਬਿੰਦ ਸਿੰਘ ਨਾਲ ਸਾਡੀ ਸੰਧੀ ਹੋ ਜਾਂਦੀ ਹੈ, ਗੁਰੂ ਗੋਬਿੰਦ ਸਿੰਘ ਜੀ ਨਾਲ ਸਾਡਾ ਪ੍ਰੇਮ ਬਣ ਜਾਂਦਾ ਹੈ, ਤਾਂ ਉਹਨਾਂ ਨੂੰ ਵੀ ਫਾਇਦਾ ਹੋਵੇਗਾ ਤੇ ਸਾਨੂੰ ਵੀ ਫਾਇਦਾ ਹੋਵੇਗਾ। ਘਾਲ ਸਕੈ ਨਹਿ ਸ਼ਤਰੂ ਜ਼ੋਰ, ਜੇ ਅਸੀਂ ਆਪਸ ਵਿੱਚ ਮਿਲ ਕੇ ਰਵਾਂਗੇ ਤੇ ਦੁਸ਼ਮਣ ਸਾਡੇ ਤੇ ਜ਼ੋਰ ਨਹੀਂ ਪਾ ਸਕੇਗਾ। ਸਭ ਹੀ ਰੀਤ ਹੋਏ ਹਮ ਆਛੇ, ਸਾਰਿਆਂ ਵਾਸਤੇ ਇਹ ਗੱਲ ਚੰਗੀ ਹੈ। ਮਨੈ ਸਹਾਇਕ ਜਬਹੁ ਬਾਛੇ, ਅਜੇ ਗੁਰੂ ਗੋਬਿੰਦ ਸਿੰਘ ਇੱਛਾ ਕਰਨ ਜਦੋਂ ਸਾਨੂੰ ਲੋੜ ਹੋਵੇ ਅਸੀਂ ਉਹਨਾਂ ਨੂੰ ਬੁਲਾਈਏ ਤੇ ਉਹ ਸਾਡੀ ਮਦਦ ਤੇ ਆ ਜਾਣ। ਉਹਨਾਂ ਨੂੰ ਲੋੜ ਪਵੇ ਤੇ ਅਸੀਂ ਉਹਨਾਂ ਦੀ ਮਦਦ ਤੇ ਪਹੁੰਚ ਜਾਈਏ। ਦੇਖੋ ਸਾਧ ਸੰਗਤ ਜੀ, ਕੁਦਰਤ ਦੇ ਰੰਗ ਕੈਸੇ ਨਿਆਰੇ ਹਨ। ਰਾਜਾ ਭੀਮ ਚੰਦ ਇਸ ਵੇਲੇ ਕੀ ਸੋਚ ਰਿਹਾ ਅਤੇ ਗੁਰੂ ਸਾਹਿਬ ਨਾਲ ਮੁਲਾਕਾਤ ਕਰਨ ਤੋਂ ਬਾਅਦ ਉਹਦੀ ਸੋਚ ਕਿਵੇਂ ਬਦਲ ਜਾਣੀ ਹੈ? ਵਾਹਿਗੁਰੂ ਪਰਮੇਸ਼ਰ ਦੇ ਰੰਗਾਂ ਤੋਂ ਡਰੀਏ, ਸ਼ਾਹ ਮੁਹੰਮਦ ਆ ਉਸ ਤੋਂ ਸਦਾ ਡਰੀਏ, ਪਾਤਸ਼ਾਹ ਤੋਂ ਭੀਖ ਮੰਗਾਵਦਾ ਹੀ, ਪਤਾ ਨਹੀਂ ਕਿਹੜੇ ਰੰਗਾਂ 'ਚ ਰਾਜੀ ਹੈ। ਹੁਣ ਰਾਜਾ ਭੀਮ ਚੰਦ ਦੀ ਇਸ ਵੇਲੇ ਸੋਚ ਵੇਖੋ ਤੁਸੀਂ ਕਿੰਨੀ ਚੰਗੀ ਲੱਗ ਰਹੀ ਹੈ। ਕਹਿੰਦਾ ਜੇ ਗੁਰੂ ਗੋਬਿੰਦ ਸਿੰਘ ਨਾਲ ਸਾਡੀ ਦੋਸਤੀ ਹੋ ਜਾਵੇ, ਔਖੇ ਵੇਲੇ ਸਾਨੂੰ ਕੰਮ ਆਵੇਗਾ ਅਤੇ ਅਸੀਂ ਗੁਰੂ ਨੂੰ ਬੁਲਾ ਲਾਂਗੇ, ਗੁਰੂ ਨੂੰ ਕੰਮ ਪਵੇਗਾ ਅਤੇ ਅਸੀਂ ਗੁਰੂ ਦੀ ਮਦਦ 'ਤੇ ਚਲੇ ਜਾਵਾਂਗੇ। ਜਿਸ ਮਨਹਿ ਮੋਹੇ ਮਿਲਾਪ, ਜੇ ਗੁਰੂ ਗੋਬਿੰਦ ਸਿੰਘ ਜੀ ਮੇਰੇ ਨਾਲ ਮੁਲਾਕਾਤ ਕਰਨੀ ਮੰਨ ਜਾਂਦੇ ਨੇ, ਮੇਰੇ ਨਾਲ ਮਿਲਾਪ ਕਰਨਾ ਉਹ ਸਵੀਕਾਰ ਕਰ ਲੈਂਦੇ ਨੇ, ਪਹੁੰਚ ਆਪ ਕੀ ਲੀਜੈ ਥਾਪ, ਤੇ ਵਜ਼ੀਰ ਜੀ ਤੁਸੀਂ ਦਿਨ ਪੱਕਾ ਕਰਕੇ ਆਇਆ ਜੇ ਮੁਲਾਕਾਤ, ਸਾਡੀ ਜਿਹੜੀ ਮੀਟਿੰਗ ਹੋਣੀ ਹੈ ਗੁਰੂ ਗੋਬਿੰਦ ਸਿੰਘ ਦੇ ਨਾਲ
ਉਸ ਮੀਟਿੰਗ ਦਾ ਸਮਾਂ ਪੱਕਾ ਕਰਕੇ ਆਇਆ ਜੇ ਆਪਣੋ ਓਜ ਪ੍ਰਤਾਪ ਦਿਖਾਵੋ ਤੇ ਐਵੇਂ ਨਾ ਝੁੱਕ ਕੇ ਵੀ ਨਾ ਜਾਇਆ ਜੇ ਆਪਾਂ ਰਾਜੇ ਹਾਂ ਥੋੜਾ ਜਿਹਾ ਆਪਣੀ ਗੱਲ ਵੀ ਆਪਣੀ ਗੜਸ ਵੀ ਦੱਸਿਆ ਜੇ ਵੀ ਅਸੀਂ ਵੀ ਕੁਝ ਹਾਂ ਇੱਥੇ ਆ ਗਿਆ ਹੰਕਾਰ ਆਖੋ ਸਤਨਾਮ ਸ੍ਰੀ ਵਾਹਿਗੁਰੂ ਕਹਿੰਦਾ ਆਪਣਾ ਪ੍ਰਤਾਪ ਵੀ ਦਿਖਾਇਆ ਜੇ ਗੁਰੂ ਨੂੰ ਵੀ ਅਸੀਂ ਕੋਈ ਐਵੇਂ ਨਹੀਂ ਹਾਂ ਆਪਣੀ ਵੱਧ ਚੜ੍ਹ ਕੇ ਵਡਿਆਈ ਕਰੀ ਦੀ ਹੁੰਦੀ ਹੈ ਦੂਜੇ ਦੇ ਸਾਹਮਣੇ ਤਾਂ ਆਪਣਾ ਪ੍ਰਭਾਵ ਦੂਜੇ ਦੇ ਮਨ ਤੇ ਪੈਂਦਾ ਹੈ ਨਿਰਿਪ ਸਭ ਤੇ ਵਡਿਆਈ ਬਤਾਵੋ ਰਾਜਾ ਭੀਮ ਚੰਦ ਮੇਰਾ ਨਾਮ ਹੈ ਬਾਈ ਧਾਰ ਦੇ ਰਾਜਿਆਂ ਵਿੱਚੋਂ ਵੱਡਾ ਮੈਂ ਹੀ ਹਾਂ ਇਹ ਗੁਰੂ ਗੋਬਿੰਦ ਸਿੰਘ ਨੂੰ ਸਮਝਾ ਦਿਆ ਜੇ ਚੰਗੀ ਤਰ੍ਹਾਂ ਅਨੇਕ ਪ੍ਰਕਾਰੀ ਇਸ ਤਰ੍ਹਾਂ ਦੀਆਂ ਗੱਲਾਂ ਆਪਣੇ ਵਜ਼ੀਰ ਨੂੰ ਅਨੇਕ ਪ੍ਰਕਾਰ ਦੀਆਂ ਸਿਖਾ ਕੇ ਵਜ਼ੀਰ ਗਿਰੀਸ਼ ਹੰਕਾਰੀ ਹੰਕਾਰੀ ਭੀਮ ਚੰਦ ਨੇ ਆਪਣਾ ਵਜ਼ੀਰ ਸ੍ਰੀ ਅਨੰਦਪੁਰ ਸਾਹਿਬ ਵੱਲ ਤੋਰ ਦਿੱਤਾ ਮਾਨਵ ਬ੍ਰਿੰਦ ਸੰਗ ਕਰ ਦੀਨੇ ਵਜ਼ੀਰ ਦੇ ਨਾਲ ਬਹੁਤ ਸਾਰੇ ਬੰਦੇ ਪੜ੍ਹੇ ਲਿਖੇ ਸਿਆਣੇ ਵਿਦਵਾਨ ਤੇ ਉਹਦੇ ਨੌਕਰ ਚਾਕਰ ਤੇ ਉਹਦੇ ਨਾਲ ਫੌਜ ਵੀ ਭੇਜੀ ਹੈ ਰਜਤ ਲਸ਼ਟਕਾ ਕਰ ਗਹਿਲੀਨੇ ਰਾਜੇ ਦਾ ਵਜ਼ੀਰ ਜਾ ਰਿਹਾ ਇਸ ਕਰਕੇ ਉਹਦੇ ਅੱਗੇ ਅੱਗੇ ਚੋਬਦਾਰ ਵੀ ਭੇਜੇ ਨੇ ਸੋਨੇ ਦੀਆਂ ਡਾਂਗਾਂ ਫੜੀਆਂ ਹੋਈਆਂ ਅੱਜ ਇਹਨਾਂ ਨੂੰ ਚੋਭਾਂ ਕਹਿੰਦੇ ਹਾਂ ਇਹ ਸਾਧ ਸੰਗਤ ਜੀ ਚਾਂਦੀ ਦੀਆਂ ਜਾਂ ਸੋਨੇ ਦੀਆਂ ਬਣੀਆਂ ਹੁੰਦੀਆਂ ਸੋ ਚਾਂਦੀ ਦੀਆਂ ਚੋਭਾਂ ਲੈ ਕੇ ਅੱਗੇ ਅੱਗੇ ਚੋਬਦਾਰ ਤੁਰੇ ਆਉਂਦੇ ਨੇ ਔਰ ਰਾਜੇ ਦਾ ਵਜ਼ੀਰ ਬੜੀ ਸੋਹਣੀ ਪਾਲਕੀ ਵਿੱਚ ਸਵਾਰ ਹੋ ਕੇ ਚੱਲਿਆ ਅੱਜ ਕੱਲ੍ਹ ਜਿਵੇਂ ਸਭ ਤੋਂ ਵਧੀਆ ਸਵਾਰੀ ਆਪਾਂ ਕਾਰ ਦੀ ਮੰਨਦੇ ਹਾਂ ਜਾਂ ਹਵਾਈ ਜਹਾਜ਼ ਦੀ ਮੰਨਦੇ ਹਾਂ ਉਹਨਾਂ ਦਿਨਾਂ ਦੇ ਵਿੱਚ ਸਾਧ ਸੰਗਤ ਜੀ ਸਭ ਤੋਂ ਆਰਾਮ ਦੀ ਸਵਾਰੀ ਪਾਲਕੀ ਦੀ ਹੁੰਦੀ ਸੀ ਪਾਲਕੀ ਵਿੱਚ ਵੱਡੇ ਲੋਕ ਬਹਿ ਕੇ ਜਾਂਦੇ ਸੀ ਮੋਢਿਆਂ 'ਤੇ ਕਹਾਰ ਉਹਨਾਂ ਦੀ ਪਾਲਕੀ ਚੁੱਕ ਲੈਂਦੇ ਸੀ ਵਜ਼ੀਰ ਨੂੰ ਪਾਲਕੀ 'ਚ ਬਿਠਾ ਲਿਆ ਅਤੇ ਮੋਢਿਆਂ 'ਤੇ ਕਹਾਰਾਂ ਨੇ ਪਾਲਕੀ ਚੁੱਕ ਲਈ ਹੈ ਚੱਲੇ ਢਲੈਤ ਸ਼ਸਤਰ ਧਰ ਪਾਨ ਢਾਲਾਂ ਤਲਵਾਰਾਂ ਵਾਲੇ ਬਰਛਿਆਂ ਵਾਲੇ ਬੰਦੂਕਾਂ ਵਾਲੇ ਸ਼ਸਤਰਧਾਰੀ ਯੋਧੇ ਸਿਪਾਹੀ ਅੱਗੇ ਪਿੱਛੇ ਪਾਲਕੀ ਦੇ ਤੁਰ ਪਏ ਹਨ ਉਧਰੋਂ ਸਾਧ ਸੰਗਤ ਜੀ ਰਾਜੇ ਦਾ ਇਹ ਪ੍ਰਸੰਗ ਆਪ ਜੀ ਨੇ ਸੁਣਿਆ ਵੀ ਕਿਵੇਂ ਰਾਜੇ ਨੂੰ ਪਤਾ ਲੱਗਾ ਗੁਰੂ ਸਾਹਿਬ ਦੇ ਨਗਾਰੇ ਦਾ ਅਤੇ ਕਿਵੇਂ ਰਾਜੇ ਨੇ ਆਪਣੇ ਮੰਤਰੀ ਨੂੰ ਉਸੇ ਵੇਲੇ ਸ੍ਰੀ ਅਨੰਦਪੁਰ ਸਾਹਿਬ ਵੱਲ ਜਾਣ ਦਾ ਹੁਕਮ ਦਿੱਤਾ ਹੁਣ ਆਖੋ ਸਤਨਾਮ ਸ੍ਰੀ ਵਾਹਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਸ਼ਿਕਾਰ ਖੇਡ ਕੇ ਅਡੇ ਬਜਦ ਰਣਜੀਤ ਨਗਾਰਾ ਉਹ ਨਗਾਰਾ ਵਜਾਉਂਦੇ ਹੋਏ ਪਹਾੜਾਂ ਵਿੱਚ ਘੁੰਮ ਕੇ ਸ਼ਿਕਾਰ ਖੇਡ ਕੇ ਵਾਪਸ ਅਨੰਦਪੁਰ ਸਾਹਿਬ ਵੱਲ ਪਰਤ ਪਏ ਹਨ ਦੁਗਣ ਵੀਰ ਰਸ ਭਟਨ ਧਾਰਾ ਅੱਗੇ ਨਾਲੋਂ ਯੋਧਿਆਂ ਵਿੱਚ ਅੱਜ ਦੁੱਗਣਾ ਵੀਰ ਰਸ ਸੀ ਕਿਉਂਕਿ ਨਗਾਰੇ ਦੇ ਵਿੱਚ ਕੁਦਰਤੀ ਕਲਾ ਹੈ ਜਦੋਂ ਨਗਾਰਾ ਵੱਜਦਾ ਨਾ ਉਦੋਂ ਸੂਰਮਿਆਂ ਦੇ ਡੋਲੇ ਆਪੇ ਹੀ ਫਰਕਣ ਲੱਗ ਜਾਂਦੇ ਉਹਨਾਂ ਦੇ ਅੰਦਰ ਜੋਸ਼ ਆ ਜਾਂਦਾ ਨਗਾਰੇ ਦੇ ਵਿੱਚ ਮਹਾਰਾਜ ਅਕਾਲ ਪੁਰਖ ਪਰਮੇਸ਼ਰ ਨੇ ਹੀ ਸ਼ਕਤੀ ਪਾਈ ਹੋਈ ਹੈ ਇਸੇ ਕਰਕੇ ਅਰਦਾਸਾਂ ਵਿੱਚ ਆਪਾਂ ਰੋਜ਼ ਜਿੱਥੇ ਗੁਰੂ ਸਾਹਿਬ ਦੇ ਗੁਰਧਾਮਾਂ ਨੂੰ ਝੰਡਿਆਂ ਬੁੰਗਿਆਂ ਨੂੰ ਨਿਸ਼ਾਨਾਂ ਨੂੰ ਸਰੋਵਰਾਂ ਨੂੰ ਬੌਲੀਆਂ ਨੂੰ ਚੇਤੇ ਕਰਦੇ ਹਾਂ ਉੱਥੇ ਇਹ ਵੀ ਅਰਦਾਸ ਵਿੱਚ ਕਹਿੰਦੇ ਹਾਂ ਵੀ ਗੁਰੂ ਘਰ ਦੇ ਨਿਸ਼ਾਨ ਅਤੇ ਨਗਾਰੇ ਇਹ ਨਗਾਰਾ ਕੋਈ ਛੋਟੀ ਚੀਜ਼ ਨਹੀਂ ਹੈ ਨਗਾਰਾ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਖਾਲਸੇ ਨੂੰ ਬਖਸ਼ਿਆ ਜਦੋਂ ਰਣਜੀਤ ਨਗਾਰੇ 'ਤੇ ਚੋਭਾਂ ਵੱਜਦੀਆਂ ਨੇ ਉਸ ਵੇਲੇ ਸੂਰਮਿਆਂ ਦਾ ਬਹਾਦਰਾਂ ਦਾ ਉਤਸ਼ਾਹ ਦੁੱਗਣਾ ਚੁੱਗਣਾ ਹੋ ਜਾਂਦਾ ਹੈ
ਸੋ ਬੜੇ ਉਤਸ਼ਾਹ ਦੇ ਨਾਲ ਅੱਜ ਸੂਰਮੇ ਵਾਪਸ ਪਰਤੇ ਸ਼ਿਕਾਰ ਖੇਡ ਕੇ ਦਿਨ ਪ੍ਰਤ ਅਧਿਕ ਪ੍ਰਤਾਪ ਸਮਾਜਾ ਸ੍ਰੀ ਕਲਗੀਧਰ ਮਹਾਰਾਜ ਦਸਵੇਂ ਪਾਤਸ਼ਾਹ ਦਾ ਸਮਾਜ ਉਹਨਾਂ ਦਾ ਪ੍ਰਤਾਪ ਉਹਨਾਂ ਦਾ ਚਾਹੋ ਜਲਾਲ ਦਿਨੋ ਦਿਨ ਵੱਧਦਾ ਹੀ ਜਾ ਰਿਹਾ ਹੈ ਜਿਸ ਪ੍ਰਕਾਰ ਹੋਏ ਕੋ ਵੱਡਾ ਰਾਜਾ ਜਿਵੇਂ ਕੋਈ ਵੱਡਾ ਰਾਜਾ ਮਹਾਰਾਜਾ ਕੋਈ ਚੱਕਰਵਰਤੀ ਸਮਰਾਟ ਹੁੰਦਾ ਨਾ ਜਿੰਨਾ ਰਾਜਿਆਂ ਮਹਾਰਾਜਿਆਂ ਦਾ ਲਾਉ ਲਸ਼ਕਰ ਹੁੰਦਾ ਜਿੰਨਾ ਰਾਜਿਆਂ ਮਹਾਰਾਜਿਆਂ ਦੀ ਚੜ੍ਹਤ ਹੁੰਦੀ ਹੈ ਏਦਾਂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੁਮ ਹੋ ਸਭ ਰਾਜਨ ਕੇ ਰਾਜਾ ਆਪੇ ਆਪ ਗਰੀਬ ਨਿਵਾਜਾ ਰਾਜਨ ਕੇ ਰਾਜਾ ਮਹਾਰਾਜਨ ਕੇ ਮਹਾਰਾਜਾ ਐਸੋ ਰਾਜ ਛੋੜ ਔਰ ਦੂਜਾ ਕੌਣ ਧਿਆਈ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦਾ ਪ੍ਰਤਾਪ ਵੱਧਦਾ ਹੀ ਜਾ ਰਿਹਾ ਹੈ ਸ਼ਸਤਰ ਪ੍ਰਹਾਰਨ ਬਾਤਨ ਕਰਤੇ ਮਹਾਰਾਜ ਆਪਣੇ ਨਾਲ ਦੇ ਸੂਰਮੇ ਯੋਧਿਆਂ ਨਾਲ ਸ਼ਸਤਰ ਵਿਦਿਆ ਦੀਆਂ ਗੱਲਾਂ ਬਾਤਾਂ ਕਰਦੇ ਜਾ ਰਹੇ ਘੋੜੇ ਤੇ ਚੜੇ ਹੋਏ ਨੇ ਸ਼ਿਕਾਰ ਖੇਡ ਕੇ ਵਾਪਸ ਅਨੰਦਪੁਰ ਸਾਹਿਬ ਨੂੰ ਪਰਤੇ ਆਉਂਦੇ ਨੇ ਤੇ ਕਿਵੇਂ ਸ਼ਸਤਰ ਚਲਾਈਦਾ ਕਿਵੇਂ ਬਰਛੇ ਨਾਲ ਸ਼ਿਕਾਰ ਖੇਡੀਦਾ ਕਿਵੇਂ ਤਲਵਾਰ ਨਾਲ ਕਿਵੇਂ ਤੀਰ ਨਾਲ ਕਿਵੇਂ ਗੋਲੀ ਨਾਲ ਇਹਦੇ ਉੱਤੇ ਸਤਿਗੁਰੂ ਸੱਚੇ ਪਾਤਸ਼ਾਹ ਆਪਣੇ ਯੋਧਿਆਂ ਨੂੰ ਉਪਦੇਸ਼ ਦਿੰਦੇ ਹਨ ਕਿਉਂਕਿ ਸ਼ਸਤਰ ਵਿਦਿਆ ਸਾਧ ਸੰਗਤ ਜੀ ਕੋਈ ਸੌਖਾ ਕੰਮ ਨਹੀਂ ਹੈ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਜੋ ਸ਼ਿਕਾਰ ਖੇਡਣ ਦੀ ਮਰਿਆਦਾ ਆਰੰਭ ਕੀਤੀ ਉਹ ਵੀ ਸ਼ਸਤਰਾਂ ਵਾਸਤੇ ਕੀਤੀ ਕਈ ਲੋਕ ਸਮਝਦੇ ਆ ਵੀ ਗੁਰੂ ਸਾਹਿਬ ਮਾਸ ਖਾਣ ਵਾਸਤੇ ਸ਼ਿਕਾਰ ਖੇਡਦੇ ਸੀ ਨਹੀਂ ਗੁਰੂ ਸਾਹਿਬ ਦੇ ਸ਼ਿਕਾਰ ਖੇਡਣ ਦਾ ਮਤਲਬ ਸੀ ਵੀ ਜਿਹੜਾ ਜਾਨਵਰ ਨੂੰ ਅਸੀਂ ਘੇਰ ਕੇ ਮਾਰਨਾ ਹੈ ਆਪਣੇ ਸਰੀਰ ਦੀ ਕਸਰਤ ਪੂਰੀ ਹੋਣੀ ਹੈ ਅਤੇ ਉਹਦੇ ਉੱਤੋਂ ਵਾਰ ਕਰਕੇ ਉਹਦਾ ਖੂਨ ਡੁੱਲਣਾ ਉਹ ਡੁੱਲਦੇ ਹੋਏ ਖੂਨ ਨੂੰ ਵੇਖ ਕੇ ਦਿਲ ਨਾ ਘਬਰਾ ਜਾਵੇ ਜਿਹੜਾ ਪਹਿਲਾ ਸਟੈਪ ਕਰ ਲਏਗਾ ਨਾ ਸ਼ਿਕਾਰ ਖੇਡਣ ਦਾ ਉਹ ਦੂਜਾ ਸਟੈਪ ਜੰਗ ਦਾ ਤਾਂ ਹੀ ਕਰ ਸਕੇਗਾ ਸੋ ਜੰਗ ਦਾ ਨਾਂ ਲੈਣਾ ਕੋਈ ਸਾਧ ਸੰਗਤ ਜੀ ਸੌਖਾ ਹੈ ਜੰਗ ਵਿੱਚ ਜਾਣਾ ਬੜਾ ਔਖਾ ਹੈ ਯੁੱਧ ਕੀ ਬਾਤ ਬੁਰੀ ਸਭ 'ਤੇ ਦਸਵੇਂ ਪਾਤਸ਼ਾਹ ਨੇ ਆਪ ਵੀ ਬਾਣੀ 'ਚ ਲਿਖਿਆ ਵੀ ਯੁੱਧ ਦੀ ਗੱਲ ਸੌਖੀ ਨਹੀਂ ਹੁੰਦੀ ਸਤਿਗੁਰੂ ਪਾਤਸ਼ਾਹ ਯੁੱਧ ਦੀਆਂ ਗੱਲਾਂ ਯੋਧਿਆਂ ਨਾਲ ਕਰਦੇ ਆ ਰਹੇ ਨੇ ਔਰ ਸ੍ਰੀ ਅਨੰਦਪੁਰ ਸਾਹਿਬ ਵੱਲ ਤੁਰੇ ਆਉਂਦੇ ਨੇ ਬਾਜ ਰੱਖੇ ਨੇ ਹੱਥਾਂ ਵਿੱਚ ਬਾਜ ਫੜੇ ਹੋਏ ਨੇ ਸ਼ਿਕਰੇ ਫੜੇ ਹੋਏ ਨੇ ਤੇ ਸ਼ਿਕਾਰੀ ਕੁੱਤੇ ਵੀ ਨਾਲ ਨੇ ਵੀਰ ਸ਼ਿਕਾਰ ਧਾਈ ਅਗਵਾਈ ਔਰ ਸ਼ਿਕਾਰ ਖੇਡਣ ਦੇ ਜਿਹੜੇ ਤਜਰਬੇਕਾਰ ਹੁੰਦੇ ਨੇ ਜਿਹਨਾਂ ਨੂੰ ਸ਼ਿਕਾਰੀਆਂ ਨੂੰ ਸ਼ਿਕਾਰ ਦੀ ਬੜੀ ਜ਼ਿਆਦਾ ਪ੍ਰੈਕਟਿਸ ਹੁੰਦੀ ਹੈ ਉਹਨਾਂ ਨੂੰ ਮੀਰ ਸ਼ਿਕਾਰੀ ਕਹਿੰਦੇ ਨੇ ਰਾਜਿਆਂ ਮਹਾਰਾਜਿਆਂ ਦੇ ਕੋਲ ਮੀਰ ਸ਼ਿਕਾਰੀ ਹੁੰਦੇ ਸੀ ਗੁਰੂ ਸਾਹਿਬ ਦੇ ਕੋਲ ਵੀ ਮੀਰ ਸ਼ਿਕਾਰੀ ਹਨ ਤੇ ਘੋੜਿਆਂ ਦੇ ਖੁਰਾਂ ਨਾਲ ਧੂੜ ਉੱਡ ਕੇ ਅਸਮਾਨ ਨੂੰ ਚੜ੍ਹੀ ਹੈ ਤੇ ਅਸਮਾਨ ਢੱਕਿਆ ਗਿਆ ਹੈ ਕਿਰਪਾ ਨਿਧਾਨ ਕਲਗੀਆਂ ਵਾਲੇ ਪਾਤਸ਼ਾਹ ਕਿਰਪਾ ਦੇ ਸਾਗਰ ਕਿਰਪਾ ਦੇ ਨਿਧਾਨ ਸਤਿਗੁਰੂ ਸ੍ਰੀ ਅਨੰਦਪੁਰ ਸਾਹਿਬ ਆਪ ਪਹੁੰਚੇ ਨੇ ਸਤਿਗੁਰੂ ਪਾਤਸ਼ਾਹ ਦੇ ਨਗਾਰੇ ਦੀ ਆਵਾਜ਼ ਜਦੋਂ ਅਨੰਦਪੁਰ ਦੀਆਂ ਇਸਤਰੀਆਂ ਨੇ ਬੱਚਿਆਂ ਨੇ ਬੁੱਢਿਆਂ ਨੇ ਲੋਕਾਂ ਨੇ ਸੁਣੀ ਹੈ ਦੇਖਣ ਕੇ ਨਿਕਸ ਅਗਾਰੀ ਤੇ ਬੀਬੀਆਂ ਬੱਚੇ ਬੁੱਢੇ ਨਗਰ ਦੇ ਲੋਕ ਮਹਾਰਾਜ ਦਾ ਜਾਹੋ ਜਲਾਲ ਵੀ ਨਗਾਰਾ ਵੱਜ ਰਿਹਾ ਆ ਗਏ ਨੇ ਵਾਪਸ ਪਾਤਸ਼ਾਹ ਤੇ ਲੋਕ ਗਲੀਆਂ ਜਾ ਕੇ ਖੜ ਗਏ ਕੋਠਿਆਂ ਤੇ ਚੜ੍ਹ ਕੇ ਸੰਗਤਾਂ ਨਮਸਕਾਰ ਕਰਦੀਆਂ ਵੀ ਕਲਗੀਧਰ ਪਾਤਸ਼ਾਹ ਮਹਾਰਾਜ ਸਾਰੀ ਦੁਨੀਆਂ ਦੇ ਮਾਲਕ ਬਾਦਸ਼ਾਹ ਸਲਾਮਤ ਸਤਿਗੁਰੂ ਆ ਰਹੇ ਨੇ ਕੋਈ ਮੂੰਹ ਆਪਣੇ ਦਰਵਾਜ਼ੇ 'ਚ ਖੜ ਗਿਆ ਹੈ ਕੋਈ ਆਪਣੀ ਛੱਤ ਤੇ ਖੜਾ ਹੈ ਤੇ ਕੋਈ ਚੁਬਾਰੇ 'ਚ ਖੜਾ ਹੈ ਮਹਾਰਾਜ ਸੱਚੇ ਪਾਤਸ਼ਾਹ ਦਾ ਪ੍ਰਤਾਪ ਵੇਖ ਰਹੇ ਨੇ ਸੰਧਿਆ ਸਮੇਂ ਪ੍ਰਵੇਸ਼ੇ ਆਏ ਰਹਿ ਰਾਸ ਦੇ
ਸਮੇਂ ਤੋਂ ਕੁਝ ਮਿੰਟ ਪਹਿਲਾਂ ਹੀ ਗੁਰੂ ਸਾਹਿਬ ਘਰ ਭਰਤੇ ਨੇ ਉਤਰੇ ਸਤਿਗੁਰ ਹਰਖ ਉਪਾਈ ਔਰ ਮਹਾਰਾਜ ਸੱਚੇ ਪਾਤਸ਼ਾਹ ਉਤਰ ਕੇ ਰਹਿ ਰਾਸ ਦਾ ਪਾਠ ਸੁਣਿਆ ਹੈ ਖਾਣ ਪਾਨ ਕਰ ਸੁਖ ਸੋ ਸੋਏ ਔਰ ਲੰਗਰ ਪ੍ਰਸ਼ਾਦ ਛਕ ਕੇ ਸੁਖ ਨਾਲ ਰਾਤ ਨੂੰ ਸੁਤੇ ਹਨ ਨਿਜ ਨਿਜ ਸਦਨ ਥਿਰੇ ਸਭ ਕੋਏ ਔਰ ਆਪਣੇ ਆਪਣੇ ਘਰਾਂ ਵਿਚ ਸਾਰਿਆਂ ਨੇ ਆਰਾਮ ਕੀਤਾ ਹੈ ਜਾਮ ਜਾਮਨੀ ਜਗੋ ਨਿਹਾਰੇ ਜਦੋਂ ਅੰਮ੍ਰਿਤ ਵੇਲਾ ਸਵਾ ਪਹਿਰ ਰਾਤ ਰਹਿੰਦੀ ਹੈ ਦੋ ਢਾਈ ਵੱਜਦੇ ਹਨ ਨੌਬਤ ਵੱਜਣ ਲੱਗੀ ਗੁਰਦੁਆਰੇ ਉਦੋਂ ਗੁਰੂ ਘਰ ਚ ਨੌਬਤਾਂ ਵੱਜਣੀਆਂ ਸ਼ੁਰੂ ਹੋ ਜਾਂਦੀਆਂ ਅੰਮ੍ਰਿਤ ਵੇਲੇ ਨਗਾਰੇ ਤੇ ਫਿਰ ਚੋਭਾਂ ਲੱਗਦੀਆਂ ਉੱਠੋ ਭਾਈ ਅੰਮ੍ਰਿਤ ਵੇਲਾ ਹੋ ਗਿਆ ਇਸ਼ਨਾਨ ਕਰੋ ਗੁਰਬਾਣੀ ਪੜ੍ਹੋ ਕੀਰਤਨ ਸੁਣੋ ਕਥਾ ਸੁਣੋ ਸੁਣਤ ਰਬਾਬੀ ਚੱਲ ਕਰ ਆਈ ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਨਗਾਰੇ ਦੀ ਆਵਾਜ਼ ਸੁਣ ਕੇ ਨੌਬਤ ਦੀ ਆਵਾਜ਼ ਸੁਣ ਕੇ ਕੀਰਤਨੀਏ ਰਬਾਬੀ ਭਾਈ ਸੱਧੂ ਤੇ ਭਾਈ ਮਧੂ ਜੀ ਉਹ ਦੋਵੇਂ ਆ ਗਏ ਨੇ ਆਸਾ ਵਾਰ ਰਾਗ ਜੁਤ ਗਾਏ ਤੇ ਸੱਧੂ ਮਧੂ ਨੇ ਆਸਾ ਦੀ ਵਾਰ ਸ਼ੁਰੂ ਕੀਤੀ ਹੈ ਬੜੇ ਗੰਭੀਰ ਰਾਗਾਂ ਵਿੱਚ ਜੋ ਅੰਮ੍ਰਿਤ ਵੇਲੇ ਦੇ ਰਾਗ ਹਨ ਉਹਨਾਂ ਰਾਗਾਂ ਦਾ ਅਲਾਪ ਕਰ ਕਰਕੇ ਆਸਾ ਭੈਰਵੀ ਆਦਿਕ ਰਾਗਾਂ ਦਾ ਅਲਾਪ ਕਰਕੇ ਅੰਮ੍ਰਿਤ ਵੇਲੇ ਦਾ ਰੰਗ ਬੰਨ ਦਿੱਤਾ ਹੈ ਸਿੱਖ ਸੰਗਤ ਜਹ ਕਹਿ ਗਨ ਜਾਗੇ ਜਿੱਥੇ ਜਿੱਥੇ ਗੁਰੂ ਕੀ ਬਾਣੀ ਦੀ ਧੁਨੀ ਗਈ ਹੈ ਨਗਾਰੇ ਦੀ ਆਵਾਜ਼ ਗਈ ਹੈ ਸਿੱਖ ਸੰਗਤਾਂ ਤੇ ਗੁਰੂ ਦੀਆਂ ਫੌਜਾਂ ਜਾਗ ਪਈਆਂ ਨੇ ਗੁਰਬਾਣੀ ਕੋ ਪੜਬੇ ਲਾਗੇ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਗੁਰਸਿੱਖ ਬਾਣੀ ਪੜ੍ਹਨ ਲੱਗ ਪਏ ਨੇ ਕੋਈ ਨਿਤਨੇਮ ਕਰ ਰਿਹਾ ਕੋਈ ਸੁਖਮਨੀ ਸਾਹਿਬ ਪੜ੍ਹ ਰਿਹਾ ਕੋਈ ਆਸਾ ਦੀ ਵਾਰ ਸੁਣ ਰਿਹਾ ਕੋਈ ਆਪਣੇ ਘੋੜਿਆਂ ਨੂੰ ਘਾਹ ਪੱਠਾ ਪਾਈ ਜਾਂਦਾ ਨਾਲ ਨਾਲ ਘੋੜਿਆਂ ਦੀ ਮਾਲਿਸ਼ ਕਰੀ ਜਾਂਦਾ ਤੇ ਗੁਰਬਾਣੀ ਦਾ ਜਾਪ ਕਰੀ ਜਾਂਦਾ ਹੈ ਜਿਤ ਕਿਤ ਭਜਨ ਹੋਤ ਜੈਕਾਰ ਜਿੱਥੇ ਕਿੱਥੇ ਆਨੰਦਪੁਰ ਸਾਹਿਬ ਚ ਭਜਨ ਕੀਰਤਨ ਹੋ ਰਿਹਾ ਹੈ ਜੈ ਜੈਕਾਰ ਹੋ ਰਹੀ ਆਨੰਦ ਦਾ ਵਾਜਾ ਨਿਤ ਵੱਜਦਾ ਆਨੰਦਪੁਰ ਸ੍ਰੀ ਆਨੰਦਪੁਰ ਸਾਹਿਬ ਦੇ ਵਿੱਚ ਆਨੰਦ ਦੇ ਵਾਜੇ ਵੱਜ ਰਹੇ ਨੇ ਮਨੋ ਬਿਸ਼ਨ ਗਨ ਸੁਰਨ ਮਝਾਰ ਏਦਾਂ ਲੱਗਦਾ ਜਿਵੇਂ ਦੇਵਤਿਆਂ ਵਿੱਚ ਭਗਵਾਨ ਵਿਸ਼ਨੂੰ ਜੀ ਮਹਾਰਾਜ ਬਿਰਾਜਮਾਨ ਹੋਣ ਸੋਚ ਇਸ਼ਨਾਨ ਠਾਨ ਗੋਸਾਈ ਸਤਿਗੁਰੂ ਮਹਾਰਾਜ ਕਲਗੀਧਰ ਪਾਤਸ਼ਾਹ ਜੀ ਅੰਮ੍ਰਿਤ ਵੇਲੇ ਆਪਣੀ ਨਿਤ ਕਿਰਿਆ ਕਰਕੇ ਸੋਚ ਇਸ਼ਨਾਨ ਕਰਕੇ ਆਸਨ ਥਿਰੇ ਸਮਾਧ ਲਗਾਈ ਆਪਣੇ ਆਸਣ ਤੇ ਬਿਰਾਜਮਾਨ ਹੋ ਗਏ ਨੇ ਤੇ ਧਿਆਨ ਆਪਣਾ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨਾਲ ਇੱਕ ਮਿਕ ਕਰ ਲਿਆ ਹੈ ਅੰਤਰਮੁਖੀ ਬਿਰਤੀ ਕਰ ਲਈ ਹੈ ਅੰਤਰ ਸੁਨੰ ਬਾਹਰ ਸੁਨੰ ਤ੍ਰਿਭਾਵਨ ਸੋਨਮ ਸੁਨੰ ਚੌਥੇ ਸੁਨੈ ਜੋ ਨਰ ਜਾਣੈ ਤਾਂ ਕੋ ਪਾਪ ਨਾ ਪੁਨੰ ਘੱਟ ਘੱਟ ਸੁਨ ਕਾ ਜਾਣੈ ਪਿਓ ਇਹ ਬਹੁਤ ਉੱਚੀ ਅਵਸਥਾ ਹੈ ਜਿੱਥੇ ਬੂੰਦ ਤੇ ਸਾਗਰ ਇੱਕ ਹੋ ਜਾਂਦੇ ਨੇ ਇਹ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਨਿਤ ਕਿਰਿਆ ਸੀ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਅਹੰਗ ਬਿਰਤੀ ਕਰਕੇ ਅੰਤਰਮੁਖੀ ਬਿਰਤੀ ਕਰਕੇ ਅਕਾਲ ਪੁਰਖ ਨਾਲ ਇੱਕ ਮਿਕ ਹੋ ਗਏ ਨੇ ਅਰਨੋਦੈ ਲਖ ਕਰ ਭੁਨ ਸਾਰੀ ਜਿੰਨਾ ਚਿਰ ਸੂਰਜ ਦੀ ਕਿਰਨ ਧਰਤੀ ਤੇ ਨਹੀਂ ਪੈਂਦੀ ਸਤਿਗੁਰੂ ਸਮਾਧੀ ਵਿੱਚ ਰਹਿੰਦੇ ਹਨ ਤੇ ਆਸਾ ਦੀ ਵਾਰ ਦਾ ਕੀਰਤਨ ਸੰਗਤਾਂ ਸੁਣਦੀਆਂ ਰਹਿੰਦੀਆਂ ਜੈਸੀ ਜੈਸੀ ਸਾਧ ਸੰਗਤ ਦੀ ਮਨੋਬਿਰਤੀ ਹੁੰਦੀ ਹੈ ਸਾਰਿਆਂ ਦੀ ਮਨੋਬਿਰਤੀ ਇੱਕੋ ਜਿਹੀ ਨਹੀਂ ਹੁੰਦੀ ਸਾਧਨਾ ਕਰਨ ਵਾਲਿਆਂ ਨੂੰ ਪਤਾ ਹੈ ਵੱਖਰੀਆਂ ਵੱਖਰੀਆਂ ਸਟੇਜਾਂ ਹਨ ਜੈਸੀ ਜੈਸੀ ਗੁਰੂ ਕੇ ਸਿੱਖਾਂ ਦੀ ਮਨੋਬਿਰਤੀ ਹੈ ਉਹਨਾਂ ਨੇ ਸਾਧਨਾ ਕੀਤੀ ਹੈ ਜਿਉਂ ਹੀ ਸੂਰਜ ਦੀ ਪਹਿਲੀ ਕਿਰਨ ਧਰਤੀ 'ਤੇ ਪਈ ਹੈ ਰਾਗੀਆਂ ਨੇ ਹਰ ਯੁਗ ਯੁਗ ਭਗਤ ਉਪਾਇਆ ਵਾਲਾ ਛੱਕਾ ਲਾ ਕੇ ਸ੍ਰੀ ਆਸਾ ਜੀ ਦੀ ਵਾਰ ਦਾ ਭੋਗ ਪਾਇਆ ਹੈ ਭਾਟ ਪੌਰ ਕੇ ਥਿਰੇ ਅਗਾਰੇ ਔਰ ਫਿਰ ਭੱਟ ਆ ਗਏ ਨੇ ਗੁਰੂ ਦੇ ਦਰਵਾਜ਼ੇ 'ਤੇ ਆ ਕੇ ਭੱਟਾਂ ਨੇ ਸਵਈਏ ਪੜ੍ਹਨੇ ਸ਼ੁਰੂ ਕਰ ਦਿੱਤੇ ਨੇ ਜਿਵੇਂ ਸ੍ਰੀ ਹਰਿਮੰਦਰ ਸਾਹਿਬ ਸਵੇਰੇ ਆਪਾਂ ਦਰਸ਼ਨ ਕਰਦੇ ਹਾਂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਸਰੂਪ ਆਉਂਦਾ ਅਤੇ ਉਸ ਵੇਲੇ ਪ੍ਰਕਾਸ਼ ਹੋਣ ਵੇਲੇ ਭੱਟਾਂ ਦੇ ਸਵਈਏ ਗਾਉਂਦੇ ਹਨ
ਇਹ ਗੁਰੂ ਕਾਲ ਦੀ ਮਰਯਾਦਾ ਚੱਲੀ ਆਉਂਦੀ ਤੇ ਗੁਰੂ ਸਾਹਿਬ ਦਸਵੇਂ ਪਾਤਸ਼ਾਹ ਦੇ ਸਾਹਮਣੇ ਭੱਟ ਆ ਗਏ ਨੇ। ਗੁਰ ਕੋ ਸੋ ਜਸ ਕਬਿੱਤ ਬਣਾਏ, ਉਹਨਾਂ ਨੇ ਗੁਰੂ ਦੇ ਜਸ ਦੇ ਕਬਿੱਤ ਬਣਾਏ ਹੋਏ ਨੇ, ਬੜੇ ਬੜੇ ਸੁੰਦਰ ਛੰਦ ਬਣਾਏ ਹੋਏ ਨੇ, ਸਵਈਏ ਦੋਹਰੇ ਕਵਿਤ ਰਚੇ ਹੋਏ ਨੇ, ਉੱਚੇ ਅਦਕ ਉਚਾਰ ਸੁਣਾਏ। ਬੜੀ ਉੱਚੀ ਧੁਨ ਦੇ ਵਿੱਚ ਭੱਟਾਂ ਨੇ ਕਲਗੀਧਰ ਪਾਤਸ਼ਾਹ ਦੀ ਸਿਫਤ ਵਾਲੇ ਉਹ ਛੰਦ ਗਾਏ ਨੇ, ਸੁਣਾਏ ਨੇ। ਘਰੋਂ ਨਕੀਬ ਪੁਕਾਰ ਆਵਾਜੇ, ਤੇ ਅੱਗੇ ਨਕੀਬ ਖੜਾ ਹੋਇਆ। ਨਕੀਬ ਉਹਨੂੰ ਕਹਿੰਦੇ ਨੇ ਜਿਹੜੇ ਰਾਜਿਆਂ ਮਹਾਰਾਜਿਆਂ ਦੇ ਅੱਗੇ ਅੱਗੇ ਤੁਰੇ ਜਾਂਦੇ ਨੇ ਤੇ ਉਹ ਗਾਉਂਦੇ ਨੇ ਜਸ ਰਾਜਿਆਂ ਦਾ। ਕਿਵੇਂ ਗਾਉਂਦੇ ਨੇ? ਉਹ ਜੋ ਨਕੀਬ ਬੋਲਦੇ ਨੇ ਉਹ ਬਿਰਧ ਹੁੰਦਾ ਹੈ, ਉਹਨੂੰ ਬਿਰਧ ਕਹਿੰਦੇ ਨੇ। ਉਹ ਬਿਰਧ ਗਾਉਂਦੇ ਨੇ ਕਿ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਕੇ ਨਾਤੀ। ਮੈਨੂੰ ਪੂਰਾ ਤਾਂ ਉਹ ਯਾਦ ਨਹੀਂ ਜਿਹੜਾ ਉਹ ਪੁਰਾਣੇ ਸਿੰਘ ਗਾਉਂਦੇ ਸੀ, ਪਰ ਥੋੜ੍ਹਾ ਥੋੜ੍ਹਾ ਮਾਨਕੋਸ਼ ਵਿੱਚ ਭਾਈ ਕਾਹਨ ਸਿੰਘ ਜੀ ਨਾਭਾ ਨੇ ਲਿਖਿਆ ਹੈ, ਸ੍ਰੀ ਗੁਰੂ ਰਾਮਦਾਸ ਜੀ ਕੇ ਨਾਤੀ, ਸ੍ਰੀ ਗੁਰੂ ਅਰਜਨ ਦੇਵ ਜੀ ਕੇ ਪਰਪੋਤਰ, ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਕੇ ਪੋਤਰ, ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਕੇ ਸਪੁੱਤਰ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕੀ ਜੈ ਹੋ। ਏਦਾਂ ਉੱਚੀ ਬਾਂਹ ਕਰਕੇ ਉਹ ਗਾਉਂਦੇ ਨੇ। ਮਹਾਰਾਜ ਦੇ ਦਰ ਦੇ ਉੱਤੇ ਨਕੀਬਾਂ ਨੇ ਗੁਰੂ ਸਾਹਿਬ ਦੀ ਸਿਫਤ ਗਾਣੀ ਸ਼ੁਰੂ ਕੀਤੀ ਹੈ। ਮਹਾਰਾਜ ਰਾਜਨ ਪਤ ਰਾਜੇ, ਮਹਾਰਾਜ ਰਾਜਿਆਂ ਦੇ ਰਾਜੇ, ਮਹਾਰਾਜਿਆਂ ਦੇ ਮਹਾਰਾਜੇ ਆ ਰਹੇ ਹਨ। ਗੁਰ ਸਾਹਿਬ ਅਵਤਾਰੀ, ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਗੱਦੀ ਦੇ ਮਾਲਕ, ਪੂਰਨ ਅਵਤਾਰ ਪਰਮੇਸ਼ਰ ਸਤਿਗੁਰੂ ਮਹਾਰਾਜ ਕਲਗੀਧਰ ਜੀ ਆ ਰਹੇ ਹਨ। ਲੋਕੀ ਸਾਰੀ, ਜਿਨ੍ਹਾਂ ਨੂੰ ਸਾਰੀ ਦੁਨੀਆਂ ਸਿਰ ਝੁਕਾਉਂਦੀ ਹੈ, ਤ੍ਰਿਲੋਕੀ ਹੀ ਦੇਵਲੋਕ ਦੇ ਦੇਵਤੇ ਵੀ ਮੱਥਾ ਟੇਕਦੇ ਹਨ, ਆ ਸਾਰੀ ਧਰਤੀ ਦੇ ਲੋਕ ਵੀ ਨਮਸਕਾਰ ਕਰਦੇ ਹਨ, ਤੇ ਥੱਲੇ ਜਿਹੜਾ ਪਤਾਲ ਲੋਕ ਹੈ ਉੱਥੋਂ ਦੇ ਲੋਕ ਵੀ ਸਿਰ ਝੁਕਾਉਂਦੇ ਹਨ। ਗੁਰੂ ਘਰ ਦੇ ਬੂਹੇ ਅੱਗੇ ਘੜਿਆਲਾਂ ਵੱਜ ਰਹੀਆਂ ਨੇ, ਸੰਖਨ ਕੀ ਧੁਨ ਘੰਟਨ ਕੀ ਕਰ, ਫੂਲਨ ਕੀ ਬਰਖਾ ਬਰਖਾਵੇਂ, ਆਰਤੀ ਕੋਟ ਕਰੈ ਸੁਰ ਸੁੰਦਰ, ਪੇਖ ਪੁਰੰਦਰ ਕੇ ਬਲ ਜਾਵੇ, ਦਾਨਤ ਦਚਨ ਦੈ ਕੈ ਪ੍ਰਦਚਨ, ਭਾਲ ਮੈਂ ਕੁੰਕਮ ਅਛਤ ਲਾਵੇ, ਹੋਤ ਕੁਲਾਲ ਦੇਵ ਪੁਰੀ ਮਿਲ, ਦੇਵਨ ਕੇ ਕੁਲ ਮੰਗਲ ਗਾਵੇ। ਇਹ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੇ ਦਰਬਾਰ ਦੀ ਸੋਭਾ ਹੈ। ਗਰਜ ਉਠਿਓ ਰਣਜੀਤ ਨਗਾਰਾ, ਜਦੋਂ ਕਲਗੀਧਰ ਪਾਤਸ਼ਾਹ ਦਰਬਾਰ ਵੱਲ ਆਏ ਨੇ ਤੇ ਨਗਾਰੇ ਦੇ ਦੋਹਰੀਆਂ ਚੋਭਾਂ ਨਗਾਰਚੀ ਨੇ ਲਾ ਦਿੱਤੀਆਂ, ਨਗਾਰਾ ਗਰਜਿਆ ਹੈ। ਬਹੁਤ ਥਾਂ ਕੁਲਾਹਲ ਹੋਵਾ, ਥਾਂ ਥਾਂ ਤੇ ਕੁਲਾਹਲ ਹੋ ਰਿਹਾ ਹੈ, ਥਾਂ ਥਾਂ ਤੇ ਖੁਸ਼ੀਆਂ ਹੀ ਖੁਸ਼ੀਆਂ ਆਨੰਦਪੁਰ ਸਾਹਿਬ ਵਿੱਚ ਹੋ ਰਹੀਆਂ ਹਨ। ਸੂਰਜ ਉਦੈ ਭਇਓ ਸਭ ਜੋਬਾ, ਗੁਰੂ ਪਾਤਸ਼ਾਹ ਮਹਾਰਾਜ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਲਗੀਆਂ ਵਾਲੇ ਪਾਤਸ਼ਾਹ ਦੀ ਧਰਤੀ ਸ੍ਰੀ ਆਨੰਦਪੁਰ ਸਾਹਿਬ ਤੇ ਜਦੋਂ ਸੂਰਜ ਦੀਆਂ ਕਿਰਨਾਂ ਪਈਆਂ ਨੇ, ਸਤਿਗੁਰ ਬਸਤਰ ਸ਼ਸਤਰ ਤਨ ਧਾਰੀ, ਸ੍ਰੀ ਕਲਗੀਧਰ ਮਹਾਰਾਜ ਜੀ ਆਪਣੇ ਬਸਤਰ ਤੇ ਸ਼ਸਤਰ ਸਜਾਏ ਹਨ, ਸਾਵਧਾਨ ਬਨ ਨਿਕਸੇ ਦੁਆਰੇ, ਸੀਸ ਤੇ ਕਲਗੀ ਜਗਾ ਤੋੜਾ ਸਜਾ ਕੇ ਤਿਆਰ ਪਰ ਤਿਆਰ ਹੋ ਕੇ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸਭਾ ਸਦਨ ਮਹਿ ਪਹੁੰਚੇ ਜਾਏ, ਸਾਵਧਾਨ ਹੋ ਕੇ ਦਰਬਾਰ ਵਿੱਚ ਆਏ ਨੇ ਜਿੱਥੇ ਗੁਰੂ ਕਾ ਦਰਬਾਰ ਸਜਿਆ ਹੈ। ਹਜ਼ਾਰਾਂ ਸੰਗਤਾਂ ਬੈਠੀਆਂ ਦਰਸ਼ਨਾਂ ਦੀ ਉਡੀਕ ਕਰ ਰਹੀਆਂ ਨੇ, ਜਿੱਥੇ ਸੂਰਬੀਰ ਬਹਾਦਰ ਯੋਧੇ ਭਾਈ ਸੰਗੋ ਸ਼ਾਹ ਜੀਤ ਮੱਲ ਵਰਗੇ ਸ਼ਸਤਰਾਂ ਨਾਲ ਲੈਸ ਹੋ ਕੇ ਗੁਰੂ ਦਰਬਾਰ ਦੀ ਸੋਭਾ ਵਧਾ ਰਹੇ ਨੇ। ਸੂਰਤ ਕਲਗੀ ਆਨੰਦ ਵਧਾਏ, ਸ੍ਰੀ ਕਲਗੀਧਰ ਮਹਾਰਾਜ ਦੇ ਮੱਥੇ ਤੇ ਕਲਗੀ ਝੂਲਦੀ ਹੈ,
ਤੇ ਬੜਾ ਆਨੰਦ ਦਿੰਦੀ ਹੈ, ਸੰਗਤਾਂ ਦਾ ਮਨ ਮੋਹਿਆ ਜਾਂਦਾ ਹੈ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਲਿਖਦੇ, ਮੈਂ ਵਿੰਨੀ ਮੈਂ ਕੁੱਠੀ ਵੇ ਲੋਕਾ, ਉਸ ਕਲਗੀ ਦੀਆਂ ਅਣੀਆਂ, ਉਹ ਕਲਗੀ ਦੀਆਂ ਅਣੀਆਂ ਐਸੀਆਂ ਸੋਹਣੀਆਂ ਨੇ, ਉਹ ਮਨ ਨੂੰ ਮੋਹ ਲੈਂਦੀਆਂ ਨੇ। ਫਰਸ਼ ਮਖਮਲੀ ਪਰ ਸਿੰਘਾਸਨ, ਤੇ ਬੜਾ ਮਖਮਲੀ ਗਲੀਚਾ ਵਿਛਿਆ ਹੋਇਆ ਹੈ, ਬੜੇ ਸੋਹਣੇ ਸੁੰਦਰ ਕਾਲੀਨ ਵਿਛੇ ਹੋਏ ਨੇ, ਫਰਸ਼ ਵਿਛੇ ਹੋਏ ਨੇ, ਤੇ ਬੜਾ ਸੁੰਦਰ ਸਿੰਘਾਸਨ ਸੱਚੇ ਪਾਤਸ਼ਾਹ ਜੀ ਦਾ ਲੱਗਾ ਹੈ। ਬੈਠੇ ਗੁਰੂ ਸੋਭਤ ਸੁਭ ਆਸਨ, ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਆ ਕੇ ਗੁਰਤਾ ਗੱਦੀ ਨੂੰ ਨਮਸਕਾਰ ਕਰਕੇ ਉਹਦੇ ਉੱਤੇ ਬੈਠ ਗਏ ਹਨ। ਪੰਜ ਭਰਾਤਾ ਵੀਰ ਬਿਲੰਦ, ਸਤਿਗੁਰੂ ਜੀ ਦੇ ਪੰਜ ਭਰਾ, ਭੂਆ ਦੇ ਪੁੱਤਰ, ਬੀਬੀ ਬੀਰੋ ਦੇ ਪੁੱਤਰ, ਹਿੰਦ ਮਸੰਦ ਬੰਦ ਕਰ ਬੰਦ, ਸੰਗੋ ਸ਼ਾਹ ਜੀਤ ਮਲ ਮਾਰੀ ਚੰਦ ਗੰਗਾ ਰਾਮ ਗੁਲਾਬ ਰਾਏ, ਮਾਮਾ ਕਿਰਪਾਲ ਚੰਦ ਦੀਵਾਨ ਨੰਦ ਚੰਦ ਪੰਡਿਤ ਗੰਗਾ ਰਾਮ ਜੀ, ਬੜੇ ਬੜੇ ਦਇਆ ਰਾਮ ਆਦਿਕ ਸੂਰਮੇ ਦਰਬਾਰ ਚ ਆ ਗਏ ਨੇ। ਮਾਤੁਲ ਪੁਨ ਕਿਰਪਾਲ ਕਰ ਬੰਦਨ, ਮਾਮਾ ਕਿਰਪਾਲ ਚੰਦ ਨੇ ਆ ਕੇ ਮੱਥਾ ਟੇਕਿਆ ਹੈ। ਸੂਰਜ ਮਲ ਕੇ ਨੰਦਨ ਨੰਦਨ, ਬਾਬਾ ਸੂਰਜ ਮਲ ਦੇ ਪੋਤਰੇ ਨੰਦਨ ਨੰਦਨ ਪੁੱਤ ਦੇ ਪੁੱਤ, ਮਹਾਰਾਜ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਵੱਡੇ ਭਰਾ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦੂਜੇ ਪੁੱਤਰ ਬਾਬਾ ਸੂਰਜ ਮਲ ਜੀ ਹੋਏ ਨੇ। ਬੜੇ ਸੁਲਝੇ ਹੋਏ, ਬੜੇ ਸਮਝਦਾਰ ਸਨ, ਅਤੇ ਗੁਰੂ ਘਰ ਦਾ ਜਿੰਨਾ ਵੀ ਪ੍ਰਬੰਧ ਸੀ, ਛੇਵੇਂ ਪਾਤਸ਼ਾਹ ਦੇ ਸਮੇਂ ਬਾਬਾ ਗੁਰਦਿੱਤਾ ਜੀ ਜੋਤੀ ਜੋਤ ਸਮਾ ਗਏ, ਅਤੇ ਗੁਰੂ ਤੇਗ ਬਹਾਦਰ ਸਾਹਿਬ ਮਸਤਾਨੀ ਅਵਸਥਾ 'ਚ ਰਹਿੰਦੇ ਸੀ, ਬਾਬਾ ਅਣੀ ਰਾਏ ਵੀ ਮਸਤ ਰਹਿੰਦੇ ਸੀ, ਅਤੇ ਬਾਬਾ ਅਟਲ ਰਾਏ ਜੀ 9 ਸਾਲ ਦੀ ਉਮਰ 'ਚ ਉਹ ਵੀ ਜੋਤੀ ਜੋਤ ਸਮਾ ਗਏ ਸੀ। ਬਾਬਾ ਸੂਰਜਮਲ ਨੇ ਗੁਰੂ ਘਰ ਦੀ ਜ਼ਿੰਮੇਵਾਰੀ ਸੰਭਾਲੀ ਸੀ, ਜਿੰਨਾ ਕੀਰਤਪੁਰ ਸਾਹਿਬ ਲੰਗਰ ਦਾ ਖਰਚਾ, ਆਮਦਨ, ਪ੍ਰਬੰਧ, ਸਿਸਟਮ, ਮੈਨੇਜਮੈਂਟ ਉਹ ਬਾਬਾ ਸੂਰਜਮਲ ਜੀ ਕਰਿਆ ਕਰਦੇ ਸਨ। ਬਾਬਾ ਸੂਰਜਮਲ ਜੀ ਦੇ ਪੋਤਰੇ ਸਨ ਦੋ, ਇੱਕ ਦਾ ਨਾਮ ਸੀ ਗੁਲਾਬ ਰਾਏ, ਇੱਕ ਦਾ ਨਾਮ ਸੀ ਸ਼ਾਮਦਾਸ। ਇਹ ਦੋਵੇਂ ਹੀ ਗੁਰੂ ਗੋਬਿੰਦ ਸਿੰਘ ਜੀ ਦੇ ਹਾਣੀ ਸਨ, ਭਤੀਜੇ ਲੱਗਦੇ ਸੀ ਗੁਰੂ ਸਾਹਿਬ ਦੇ, ਗੁਰੂ ਸਾਹਿਬ ਚਾਚੇ ਸਨ, ਅਤੇ ਕਿਉਂਕਿ ਗੁਰੂ ਤੇਗ ਬਹਾਦਰ ਦੇ ਪੁੱਤਰ ਹੋਣ ਕਰਕੇ ਸੂਰਜਮਲ ਦੇ ਪੋਤਿਆਂ ਦੇ ਚਾਚੇ ਹੀ ਲੱਗੇ ਨਾ, ਅਤੇ ਉਹ ਦੋਵੇਂ ਮਹਾਰਾਜ ਦੇ ਭਤੀਜੇ ਸਨ, ਇੱਕ ਦਾ ਨਾਂ ਸੀ ਗੁਲਾਬ ਰਾਏ, ਇੱਕ ਦਾ ਸ਼ਾਮਦਾਸ। ਉਹ ਵੀ ਦੋਵੇਂ ਭਰਾ ਮਹਾਰਾਜ ਦੇ ਦਰਬਾਰ ਚ ਮਹਾਰਾਜ ਦੇ ਸੱਜੇ ਖੱਬੇ ਆ ਕੇ ਖਲੋ ਗਏ ਨੇ, ਕਿਸੇ ਦੇ ਹੱਥ ਚ ਬੰਦੂਕ ਫੜੀ ਹੋਈ ਹੈ, ਕਿਸੇ ਨੇ ਤੀਰ ਕਮਾਨ ਤੇ ਕਿਸੇ ਨੇ ਬਰਛਾ ਫੜਿਆ ਹੋਇਆ ਹੈ। ਮਨੋ ਚੰਦ ਉਡਗਣ ਦੁੱਤ ਧਾਰਤ, ਸ੍ਰੀ ਕਲਗੀਧਰ ਪਾਤਸ਼ਾਹ ਇੰਜ ਲੱਗਦਾ ਜਿਵੇਂ ਤਾਰਿਆਂ ਚ ਚੰਨ ਬੈਠਾ ਹੋਵੇ, ਸੋਭਾ ਪਾ ਰਿਹਾ ਹੋਵੇ। ਚਮਕਤ ਚਾਮਰ ਚਾਰ ਟੁਰੰਤ, ਸੋਨੇ ਦੇ ਡੰਡੀਆਂ ਵਾਲੇ ਚੌਰ ਬਰਦਾਰਾਂ ਨੇ ਹੱਥਾਂ ਚ ਫੜੇ ਨੇ, ਉਹ ਸੀਸ ਤੇ ਚੁਲਾ ਰਹੇ ਨੇ। ਜਨ ਰਵ ਕਿਰਨ ਨਿਕਲ ਨਿਰੰਤ, ਏਦਾਂ ਲੱਗਦਾ ਜਿਵੇਂ ਸੂਰਜ ਦੀਆਂ ਕਿਰਨਾਂ ਉੱਤੋਂ ਨਿਕਲ ਕੇ ਕਲਗੀਧਰ ਪਾਤਸ਼ਾਹ ਦੇ ਸੀਸ ਤੇ ਮੰਡਰਾ ਰਹੀਆਂ ਹੋਣ। ਕੰਚਨ ਰਜਤ ਛਰੀ ਕਰ ਧਰੇ, ਸੋਨੇ ਦੇ ਚਾਂਦੀ ਦੇ ਜਿਹੜੀਆਂ ਚੋਭਾਂ ਹਨ ਲੈ ਕੇ ਉਹ ਚੋਭਦਾਰ ਦਰਵਾਜੇ ਤੇ ਖੜੇ ਨੇ। ਇੱਕ ਦਿਸ ਗੁਰ ਢਿੱਗ ਦੇਖੈ ਖਰੇ, ਇੱਕ ਪਾਸੇ ਗੁਰੂ ਸਾਹਿਬ ਦੇ ਕੋਲ ਖੜੇ ਦੇਖ ਰਹੇ ਨੇ। ਦਰਸ਼ਨ ਕਾਂਖੀ ਦਿਨ ਪ੍ਰਤ ਆਵੈ, ਜਿਨ੍ਹਾਂ ਨੂੰ ਗੁਰੂ ਦੇ ਦਰਸ਼ਨਾਂ ਦੀ ਪਿਆਸ ਹੈ, ਜਿਨ੍ਹਾਂ ਨੂੰ ਕਲਗੀਧਰ ਪਾਤਸ਼ਾਹ ਦੇ ਦਰਸ਼ਨਾਂ ਦੀ ਚਾਹਨਾ ਹੈ, ਜਿਨ੍ਹਾਂ ਦੇ ਮਨ ਵਿੱਚ ਹੈ ਮੇਰਾ ਮਨ ਲੋਚੈ ਗੁਰਦਰਸ਼ਨ ਤਾਂ ਹੀ, ਬਿਲਪ ਕਰੇ ਚਾਤਰ ਕੀ ਨਿਆਈ, ਤਿਰਖਾ ਨਾ ਉਤਰੈ ਸਾਂਤ ਨਾ ਆਵੈ ਬਿਨ ਦਰਸ਼ਨ ਸੰਤ ਪਿਆਰੇ ਜੀਓ। ਉਹ ਗੁਰੂ ਦੇ ਲਾਲ ਦੇਸਾਂ ਤੋਂ, ਪ੍ਰਦੇਸਾਂ ਤੋਂ, ਵੱਖਰੇ ਵੱਖਰੇ ਇਲਾਕਿਆਂ ਤੋਂ ਚੱਲ ਕੇ ਆ ਰਹੇ ਨੇ। ਲਗੈ ਸਭਾ ਤਬ ਦੇਖਣ ਪਾਵੈ, ਜਦੋਂ ਮਹਾਰਾਜ ਦਾ ਦਰਬਾਰ ਸੱਜ ਜਾਂਦਾ ਹੈ
ਤਾਂ ਉਹ ਸੰਗਤਾਂ ਆ ਆ ਕੇ ਦਰਸ਼ਨ ਕਰਦੀਆਂ ਹਨ। ਗੁਰ ਦਰਬਾਰ ਭਾਇਓ ਜਬ ਭਾਰੀ, ਜਦੋਂ ਗੁਰੂ ਦਾ ਦਰਬਾਰ ਭਰ ਗਿਆ, ਹਜ਼ਾਰਾਂ ਸੰਗਤਾਂ ਆ ਗਈਆਂ, ਕੋਈ ਥਾਂ ਨਹੀਂ ਰਹੀ ਸੰਗਤ ਦੇ ਬੈਠਣ ਨੂੰ। ਇੰਨੀ ਜ਼ਿਆਦਾ ਸੰਗਤ ਹੋ ਜਾਂਦੀ ਸੀ ਵੀ ਸੰਗਤਾਂ ਬਹਿ ਜਾਣ ਤੋਂ ਬਾਅਦ ਆਲੇ ਦੁਆਲੇ ਖਲੋ ਖਲੋ ਕੇ ਦਰਸ਼ਨ ਕਰਦੀਆਂ ਸਨ। ਹਜ਼ਾਰਾਂ ਦੀ ਮਹਾਰਾਜ ਦੇ ਦਰਬਾਰ 'ਚ ਭੀੜ ਹੁੰਦੀ ਸੀ ਰੋਜ਼ ਸ੍ਰੀ ਅਨੰਦਪੁਰ ਸਾਹਿਬ। ਹਾਂਜੀ, ਅਨੇਕ ਅਕੋਰ ਅਰਪ ਅਗਾਰੀ, ਆਪਣੀਆਂ ਪ੍ਰੇਮ ਭੇਟਾਵਾਂ ਲਿਆ ਲਿਆ ਕੇ ਸਿੱਖ ਸਤਿਗੁਰੂ ਦੇ ਚਰਨਾਂ 'ਚ ਅਰਪਣ ਕਰਦੇ ਸਨ। ਡੇਢ ਜਾਮ ਜਬ ਬੈਠ ਬਿਤਾਇਓ, ਡੇਢ ਪੈਰ ਗੁਰੂ ਜੀ ਬੈਠੇ ਰਹੇ, ਲਗਭਗ ਚਾਰ ਘੰਟੇ ਸਾਢੇ ਚਾਰ ਘੰਟੇ ਦੀਵਾਨ ਸਜਿਆ ਰਿਹਾ, ਕਲਗੀਧਰ ਪਾਤਸ਼ਾਹ ਸੰਗਤ ਨੂੰ ਦਰਸ਼ਨ ਦਿੰਦੇ ਰਹੇ। ਦੁਆਰਪਾਲ ਤਬ ਅੰਤਰ ਆਇਓ, ਇਹਨੇ ਨੂੰ ਮਹਾਰਾਜ ਦਾ ਡਿਉਢੀ ਬਰਦਾਰ ਜਿਹੜਾ ਦਰਵਾਜੇ ਤੇ ਪਹਿਰੇਦਾਰ ਸੀ ਉਹ ਦੁਆਰਪਾਲ ਗੁਰੂ ਸਾਹਿਬ ਕੋਲ ਆਇਆ। ਹੱਥ ਜੋੜ ਕਰ ਅਰਜ਼ ਗੁਜ਼ਾਰੀ, ਦੁਆਰਪਾਲ ਨੇ ਹੱਥ ਜੋੜ ਕੇ ਬੇਨਤੀ ਕੀਤੀ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਦੇ ਚਰਨਾਂ ਵਿੱਚ। ਚੋਬਦਾਰ ਇੱਕ ਪੌਰ ਅਗਾਰੀ, ਹੇ ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ, ਇੱਕ ਚੋਬਦਾਰ ਦਰਵਾਜੇ ਤੇ ਖੜਾ ਹੈ। ਭੀਮ ਚੰਦ ਕੋ ਆਏ ਵਜ਼ੀਰ, ਉਹਨੇ ਆ ਕੇ ਕਿਹਾ ਹੈ ਕਿ ਰਾਜਾ ਭੀਮ ਚੰਦ ਦਾ ਵਜ਼ੀਰ ਆਪ ਜੀ ਨੂੰ ਮਿਲਣ ਆ ਰਿਹਾ ਹੈ। ਮਿਲਿਓ ਚਹਿਰਾ ਵਰਕੇ ਤੀ, ਰਾਜਾ ਭੀਮ ਚੰਦ ਦਾ ਵੱਡਾ ਵਜ਼ੀਰ ਮੁੱਖ ਮੰਤਰੀ ਜਿਹੜਾ ਹੈ ਉਹ ਗਰੀਬ ਨਵਾਜ਼ ਆਪ ਜੀ ਨੂੰ ਮਿਲਣਾ ਚਾਹੁੰਦਾ ਹੈ। ਉਹਦਾ ਭੇਜਿਆ ਹੋਇਆ ਨੌਕਰ ਬਾਹਰ ਖੜਾ ਹੈ ਚੋਬਦਾਰ, ਉਹਨੇ ਮੈਨੂੰ ਕਿਹਾ ਹੈ ਵੀ ਗੁਰੂ ਸਾਹਿਬ ਨੂੰ ਖਬਰ ਦਿਓ ਕਿ ਭੀਮ ਚੰਦ ਦਾ ਮੁੱਖ ਮੰਤਰੀ ਵਜ਼ੀਰ ਜਿਹੜਾ ਹੈ ਵੱਡਾ ਉਹ ਆਪ ਜੀ ਨੂੰ ਮਿਲਣ ਆ ਰਿਹਾ ਹੈ, ਦਰਸ਼ਨ ਦੀ ਇੱਛਾ ਰੱਖਦਾ ਹੈ। ਸੁਣ ਕਲਗੀਧਰ ਬਚ ਫੁਰਮਾਇਓ, ਇਹ ਸੁਣ ਕੇ ਸ੍ਰੀ ਕਲਗੀਧਰ ਮਹਾਰਾਜ ਦਸਵੇਂ ਪਾਤਸ਼ਾਹ ਹਜੂਰ ਬੋਲੇ, ਅਬ ਤਿਸ ਖਾਨ ਪਾਨ ਸੁਧ ਲੀਜੈ। ਮਹਾਰਾਜ ਕਹਿੰਦੇ ਵਜ਼ੀਰ ਜੀ ਦਾ ਆਇਆਂ ਦਾ ਸਵਾਗਤ ਕਰੋ, ਉਹਨਾਂ ਨੂੰ ਲੰਗਰ ਪ੍ਰਸ਼ਾਦਾ ਛਕਾਓ ਤੇ ਉਹਨਾਂ ਦੇ ਰਹਿਣ ਦਾ ਬੰਦੋਬਸਤ ਕਰੋ। ਆਛੇ ਥਾਨ ਸਿਵਰ ਕੋ ਦੀਜੈ, ਉਹਨਾਂ ਨੂੰ ਜੀ ਆਇਆਂ ਨੂੰ ਕਹੋ ਤੇ ਉਹਨਾਂ ਦੀ ਰਹਿਸ਼ ਦਾ ਵਧੀਆ ਬੰਦੋਬਸਤ ਕਰੋ, ਕਿਉਂਕਿ ਗੁਰੂ ਘਰ ਦੇ ਦਰਵਾਜ਼ੇ ਸਭ ਲਈ ਖੁੱਲ੍ਹੇ ਹਨ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇੱਥੇ ਕਿਸੇ ਦਾ ਨਿਰਾਦਰ ਨਹੀਂ ਹੁੰਦਾ, ਦੁਸ਼ਮਣ ਦਾ ਵੀ ਨਿਰਾਦਰ ਨਹੀਂ ਹੁੰਦਾ। ਕੋਈ ਵੈਰੀ ਵੀ ਆ ਜਾਵੇ, ਨਾ ਕੋ ਬੈਰੀ ਨਹੀਂ ਬਿਗਾਨਾ, ਸਗਲ ਸੰਗ ਹਮ ਕੋ ਬਣੇ, ਗਲਵਕੜੀ ਲੈਣਾ। ਕਲਗੀਧਰ ਕਹਿੰਦੇ ਉਹਦਾ ਸਤਿਕਾਰ ਕਰੋ ਜਿਹੜਾ ਮੰਤਰੀ ਸਾਨੂੰ ਮਿਲਣ ਆਇਆ ਹੈ। ਪਿਛਲੇ ਪਹਿਰ ਸਮੀਪ ਬੁਲਾਵੇ, ਦੁਪਹਿਰ ਦੇ ਬਾਅਦ ਜਿਹੜਾ ਰਹਿ ਰਾਸ ਤੋਂ ਪਹਿਲਾਂ ਦੀਵਾਨ ਲਾਵਾਂਗੇ, ਪਿਛਲੇ ਪਹਿਰ ਦੇ ਦੀਵਾਨ ਵਿੱਚ, ਸ਼ਾਮਾਂ ਦੇ ਦੀਵਾਨ ਵਿੱਚ ਬੁਲਾਵਾਂਗੇ, ਉਹਨੂੰ ਕਹੋ ਉਹ ਥੱਕਿਆ ਆਇਆ ਹੈ, ਦੂਰੋਂ ਆਇਆ ਹੈ, ਪ੍ਰਸ਼ਾਦਾ ਪਾਣੀ ਛਕੇ, ਦੋ ਘੰਟੇ ਆਰਾਮ ਕਰੇ, ਦੁਪਹਿਰ ਤੋਂ ਬਾਅਦ ਅਸੀਂ ਉਹਨੂੰ ਆਪਣੇ ਦਰਬਾਰ ਵਿੱਚ ਸੱਦਾਂਗੇ। ਜਿਸ ਕੀ ਮਸਲਤ ਸੁਣੈ ਸੁਣਾਵੇ, ਮਹਾਰਾਜ ਕਹਿੰਦੇ ਵਜ਼ੀਰ ਦੀ ਗੱਲ ਸੁਣਾਂਗੇ ਤੇ ਵਜ਼ੀਰ ਨੂੰ ਆਪਣੀ ਗੱਲ ਸੁਣਾਵਾਂਗੇ। ਇਮ ਕਰ ਹੁਕਮ ਉਠੇ ਗੋਸਾਈ, ਇਸ ਤਰ੍ਹਾਂ ਕਹਿ ਕੇ ਦੁਪਹਿਰ ਦੇ 11 ਕੁ ਵਜੇ ਸਤਿਗੁਰੂ ਜੀ ਉੱਠੇ ਹਨ। ਸੁੰਦਰ ਸਦਨ ਪ੍ਰਵੇਸ਼ੇ ਜਾਈ, ਔਰ ਆਪਣੇ ਘਰ ਮਹਿਲਾਂ ਵਿੱਚ ਜਿਹੜਾ ਬੜਾ ਸੁੰਦਰ ਸਥਾਨ ਬਣਿਆ ਹੋਇਆ ਗੁਰੂ ਕੇ ਮਹਿਲ ਸ੍ਰੀ ਅਨੰਦਪੁਰ ਸਾਹਿਬ, ਉੱਥੇ ਜਾ ਪਹੁੰਚੇ ਹਨ। ਖਾਣ ਪਾਨ ਕਰ ਦਿਵਸ ਚੜਾਏ ਹੋ, ਔਰ ਲੰਗਰ ਪ੍ਰਸ਼ਾਦਾ ਛਕਿਆ ਹੈ, ਸਤਿਗੁਰੂ ਜੀ ਨੇ ਵੀ ਘੜੀ ਦੁਪਹਿਰ ਨੂੰ ਆਰਾਮ ਕੀਤਾ ਹੈ। ਦੁਪਹਿਰ ਦਾ ਪ੍ਰਸ਼ਾਦਾ ਛਕ ਕੇ ਸਤਿਗੁਰੂ ਘੰਟਾ ਡੇਢ ਘੰਟਾ ਆਰਾਮ ਕਰਿਆ ਕਰਦੇ ਸਨ। ਜੇ ਸ਼ਿਕਾਰ ਜਾਣਾ ਹੋਵੇ ਤਾਂ ਫਿਰ ਛੇਤੀ ਨਾਲ ਤਿਆਰੀ ਕਰਕੇ ਚਲੇ ਜਾਂਦੇ ਸਨ, ਨਹੀਂ ਤਾਂ ਆਰਾਮ ਦੁਪਹਿਰ ਦਾ ਕਰਕੇ ਸ਼ਾਮ ਦਾ ਦੀਵਾਨ ਫਿਰ ਸਜਾਉਂਦੇ ਸਨ।
ਅੱਜ ਹੁਣ ਮਹਾਰਾਜ ਨੇ ਦੁਪਹਿਰੀ ਘੜੀ ਆਰਾਮ ਕੀਤਾ ਹੈ। ਸੋਚ ਇਸ਼ਨਾਨ ਕਰਨ ਮਨ ਭਾਇਓ ਹੋ। ਦੁਪਹਿਰੀ 2:30 ਵਜੇ ਉੱਠੇ ਹਨ, ਪਲੰਗ ਤੋਂ ਕਹਿੰਦੇ ਇਸ਼ਨਾਨ ਕਰੀਏ, ਦੁਬਾਰਾ ਇਸ਼ਨਾਨ ਕਰਕੇ ਬਸਤਰ ਪਹਿਨੇ ਹਨ। ਸ਼ਾਮ ਦਿਵਸ ਬਾਕੀ ਜਬ ਰਹਿਓ। ਜਦੋਂ ਸ਼ਾਮ ਦੇ 4 ਵੱਜ ਗਏ ਨੇ, ਯਾਨੀ ਕਿ 1 ਪਹਿਰ ਦਿਨ ਬਾਕੀ ਰਹਿ ਗਿਆ ਹੈ। ਵਜ਼ੀਰ ਬੁਲਵਾਵਨ ਚਾਹਿਓ। ਉਸ ਵੇਲੇ ਮਹਾਰਾਜ ਨੇ ਵਜ਼ੀਰ ਨੂੰ ਬੁਲਾਉਣਾ ਚਾਹਿਆ ਹੈ ਵੀ ਜਿਹੜਾ ਵਜ਼ੀਰ ਸਾਨੂੰ ਮਿਲਣ ਆਇਆ ਉਹਨੂੰ ਮਿਲ ਲਈਏ, ਉਹਦੀ ਗੱਲਬਾਤ ਸੁਣੀਏ। ਸਭਾ ਥਾਨ ਮਹਿ ਬੈਠ ਕਿਰਪਾਲਾ। ਸ੍ਰੀ ਕਲਗੀਧਰ ਮਹਾਰਾਜ ਜਿਗਰੀ ਸੱਚੇ ਪਾਤਸ਼ਾਹ ਦੀਵਾਨ ਵਿੱਚ ਸਜ ਗਏ ਹਨ। ਤੇਰੇ ਆਏ ਸਭ ਆਦਿ ਕਿਰਪਾਲਾ। ਮਾਮਾ ਕਿਰਪਾਲ ਚੰਦ, ਦੀਵਾਨ ਨੰਦ ਚੰਦ, ਪੰਡਿਤ ਦਇਆ ਰਾਮ ਅਤੇ ਮਹਾਰਾਜ ਦੇ 5 ਭਰਾ ਆ ਗਏ ਹਨ। ਨੰਦ ਚੰਦ ਤੇ ਆਦਮ ਸੰਦ। ਦੀਵਾਨ ਨੰਦ ਚੰਦ ਤੋਂ ਇਲਾਵਾ ਗੁਰੂ ਘਰ ਦੇ ਸਾਰੇ ਮਸੰਦ ਵੀ ਮੁਖੀਏ ਆ ਗਏ ਹਨ। ਲਾਗਿਓ ਗੁਰਦਰਬਾਰ ਬਿਲੰਦ ਤੇ ਮਹਾਰਾਜ ਦਾ ਦਰਬਾਰ ਫਿਰ ਉਸੇ ਤਰ੍ਹਾਂ ਭਰ ਗਿਆ ਹੈ। ਸੰਗਤਾਂ ਵੀ ਬੈਠ ਗਈਆਂ ਨੇ। ਸੇ ਸੂਰਬੀਰ ਯੋਧੇ ਬਹਾਦਰ 6.5-6 ਫੁੱਟੇ 7-7 ਫੁੱਟੇ ਜਵਾਨ ਗੁਰੂ ਦੀ ਫੌਜ ਦੇ ਸ਼ਸਤਰ ਲੈ ਕੇ ਮਹਾਰਾਜ ਦੇ ਪਲੰਘੇ ਦੇ ਆਲੇ ਦੁਆਲੇ ਖਲੋ ਗਏ ਨੇ। ਨਰਪਟ ਲਿਓ ਬੁਲਾਏ ਵਜ਼ੀਰ। ਮਹਾਰਾਜ ਨੇ ਆਪਣਾ ਅਰਦਾਸੀਆ ਭੇਜਿਆ ਹੈ, ਜਾਓ ਵਜ਼ੀਰ ਨੂੰ ਬੁਲਾ ਕੇ ਲਿਆਓ। ਘਰ ਬੰਧਨ ਬੈਠਿਓ ਪ੍ਰਭਤੀਰ। ਵਜ਼ੀਰ ਦੇਵੀ ਦਾਸ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਸੱਦਾ ਪਾ ਕੇ ਬੜੀਆਂ ਸੁੰਦਰ ਸੁਗਾਤਾਂ ਲੈ ਕੇ ਆਇਆ ਤੇ ਚਰਨਾਂ ਚ ਮੱਥਾ ਟੇਕਿਆ ਹੈ। ਕਰਤੇ ਅਲਪ ਅਕੋਰ ਅਗਾਰੀ। ਵਧੀਆ ਵਧੀਆ ਸ਼ਸਤਰ ਬਸਤਰ ਮਾਇਆ ਦੇ ਗੱਫੇ ਗੁਰੂ ਸਾਹਿਬ ਦੇ ਅੱਗੇ ਰੱਖ ਕੇ ਉਹਨੇ ਨਮਸਕਾਰ ਕੀਤੀ ਹੈ। ਨਮੋ ਨ੍ਰਿਪਤ ਕਰ ਜੋਰ ਉਚਾਰੀ। ਤੇ ਉਹ ਰਾਜੇ ਦੇ ਮੰਤਰੀ ਨੇ ਕਿਹਾ, ਗੁਰੂ ਜੀ ਮੇਰੇ ਵੱਲੋਂ ਤੇ ਮੱਥਾ ਹੈ, ਇੱਕ ਮੱਥਾ ਤੁਹਾਨੂੰ ਰਾਜਾ ਭੀਮ ਚੰਦ ਨੇ ਵੀ ਟੇਕਿਆ ਹੈ, ਰਾਜਾ ਵੱਲੋਂ ਆਪ ਜੀ ਦੇ ਚਰਨਾਂ ਤੇ ਨਮਸਕਾਰ ਹੈ। ਸਤਿਗੁਰ ਕੁਸ਼ਲ ਬੂਝਣਾ ਕੀਨੀ। ਸ੍ਰੀ ਗੁਰੂ ਗੋਬਿੰਦ ਸਿੰਘ ਨੀਤੀ ਨਿਪੁੰਨ ਸਤਿਗੁਰਾਂ ਨੇ ਪਹਿਲਾਂ ਮੰਤਰੀ ਦਾ ਹਾਲ ਚਾਲ ਪੁੱਛਿਆ, ਫਿਰ ਰਾਜੇ ਭੀਮ ਚੰਦ ਦੀ ਸੁੱਖ ਸ਼ਾਂਤ ਪੁੱਛੀ ਹੈ। ਨਿਮਰ ਹੋਏ ਤਿੰਨ ਸਭ ਕਹਿ ਦੇਣੀ। ਬੜੀ ਨਿਮਰਤਾ ਨਾਲ ਦੇਵੀ ਦਾਸ ਨੇ ਸ੍ਰੀ ਕਲਗੀਧਰ ਮਹਾਰਾਜ ਜੀ ਨੂੰ ਰਾਜੇ ਭੀਮ ਚੰਦ ਦਾ ਤੇ ਆਪਣੇ ਦੇਸ਼ ਦਾ ਹਾਲ ਚਾਲ ਦੱਸਿਆ ਹੈ। ਪ੍ਰਭ ਜੀ ਤੁਮਰੋ ਸੁਣਿਓ ਨਗਾਰਾ। ਤੇ ਫਿਰ ਆ ਗਿਆ ਮੰਤਰੀ ਆਪਣੀ ਗੱਲ ਤੇ, ਕਹਿੰਦਾ ਸਤਿਗੁਰੂ ਜੀ ਆਪ ਜੀ ਕੱਲ ਸ਼ਿਕਾਰ ਖੇਡਣ ਗਏ ਸੀ ਨਾ ਸਾਡੇ ਇਲਾਕੇ ਵਿੱਚ, ਤੇ ਹਜ਼ੂਰ ਦਾ ਨਗਾਰਾ ਅਸੀਂ ਸੁਣਿਆ ਹੈ। ਮਹਿ ਪਾਲਕ ਸੰਸੈ ਮਨ ਧਾਰਾ। ਤੇ ਰਾਜਾ ਜੀ ਸਾਡੇ ਭੀਮ ਚੰਦ ਜੀ ਉਹਨਾਂ ਦੇ ਮਨ ਚ ਕੋਈ ਸ਼ੰਕਾ ਪੈ ਗਿਆ ਸੀ, ਉਹ ਸੋਚਣ ਲੱਗ ਪਏ ਸੀ। ਮੋਕੋ ਸੁਧਰਾਵਰ ਕੀ ਹੁਤੀ। ਮੈਨੂੰ ਤੇ ਪਤਾ ਸੀ ਆਪ ਜੀ ਬਾਰੇ, ਮੈਂ ਤਾਂ ਜਾਣਦਾ ਸੀ ਕਿ ਹਜ਼ੂਰ ਗਰੀਬ ਨਵਾਜ਼ ਹੀ ਆਏ ਹੋਣਗੇ ਸ਼ਿਕਾਰ ਖੇਡਣ, ਉਹਨਾਂ ਦਾ ਹੀ ਨਗਾਰਾ ਵੱਜ ਰਿਹਾ ਹੈ। ਕਹਿਕਰ ਸਮਝਾਇਓ ਗਿਰਪਤੀ। ਤੇ ਮੈਂ ਰਾਜਾ ਭੀਮ ਚੰਦ ਨੂੰ ਬੜੇ ਪਿਆਰ ਨਾਲ ਸਮਝਾਇਆ ਹੈ। ਸੁਨਤ ਸੁਜਸ ਕੋ ਬਹੁਤ ਆਨੰਦਾ। ਤੇ ਆਪ ਜੀ ਦੀ ਮਹਿਮਾ ਸੁਣ ਕੇ ਰਾਜੇ ਦਾ ਸ਼ੰਕਾ ਮਿਟ ਗਿਆ, ਉਹਦੇ ਮਨ ਨੂੰ ਸ਼ਾਂਤੀ ਆ ਗਈ ਤੇ ਬੜਾ ਖੁਸ਼ ਹੈ ਹੁਣ ਰਾਜਾ ਭੀਮ ਚੰਦ। ਮਧੁਰ ਸ਼ਬਦ ਘਨ ਮੋਰ ਅਮਨਿੰਦਾ। ਉਹ ਮਹਾਰਾਜ ਬੜੇ ਪਿਆਰ ਦੇ ਮਿੱਠੇ ਬਚਨ ਕਰਦਾ ਸੀ, ਜਿਵੇਂ ਬੱਦਲਾਂ ਦੀ ਆਵਾਜ਼ ਸੁਣ ਕੇ ਮੋਰ ਪਹਿਲਾਂ ਪਾਉਂਦੇ ਨੇ, ਤੁਹਾਡੇ ਨਗਾਰੇ ਦੀ ਆਵਾਜ਼ ਨਾਲ ਰਾਜੇ ਦਾ ਮਨ ਇਉਂ ਖਿੜਿਆ ਹੈ। ਅਬ ਲਾਖਤ ਚਿਤ ਦਰਸ ਤੁਮਾਰਾ। ਰਾਜਾ ਭੀਮ ਚੰਦ ਆਪ ਜੀ ਦੇ ਦਰਸ਼ਨ ਕਰਨੇ ਚਾਹੁੰਦਾ ਹੈ। ਮੋਹੇ ਬਿਠਾਇਓ ਏਵ ਉਚਾਰਾ। ਤੇ ਮੈਨੂੰ ਇਹ ਕਹਿ ਕੇ ਰਾਜਾ ਭੀਮ ਚੰਦ ਨੇ ਭੇਜਿਆ ਹੈ। ਰਾਜਾ ਭੀਮ ਚੰਦ ਨੇ ਕਿਹਾ ਕਿ ਉਧਰ ਵੱਡਿਆਂ ਦਾ ਘਰ ਹੈ ਗੁਰੂ ਨਾਨਕ ਦਾ, ਸ੍ਰੀ ਗੁਰੂ ਨਾਨਕ ਦਾ ਘਰ ਹੈ, ਵੱਡਿਆਂ ਤੋਂ ਵੱਡਾ, ਸਭ ਤੇ ਵੱਡਾ,
ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਉਹ ਵੱਡਾ ਘਰ ਹੈ ਅਤੇ ਅਸੀਂ ਵੀ ਛੋਟੇ ਕੋਈ ਨਹੀਂ, ਅਸੀਂ ਵੀ ਰਾਜੇ ਹਾਂ। ਆਖੋ ਸਤਨਾਮ ਸਿੰਘ ਆਪਣੀ ਹਉਮੈ ਨੂੰ, ਕਿਉਂਕਿ ਰਾਜੇ ਨੇ ਕਹਿ ਕੇ ਭੇਜਿਆ ਸੀ ਵੀ ਮੇਰੀ ਵਡਿਆਈ ਘੱਟ ਨਾ ਕਰੀ। ਤੋ ਕਹਿੰਦਾ ਵੀ ਅਸੀਂ ਵੀ ਰਾਜੇ ਹਾਂ, ਉਹ ਗੁਰੂ ਘਰ ਹੈ, ਨਿਕਟ ਬਸਣ ਤੇ ਪੁਰਬ ਕਾਜੀ, ਤੇ ਇੱਕ ਦੂਜੀ ਦੇ ਨਾਲ ਨੇੜੇ ਰਹਿੰਦੇ ਹਾਂ, ਇੱਕ ਦੂਜੀ ਦੇ ਕੰਮ ਆਵਾਂਗੇ, ਇੱਕ ਦੂਜੀ ਦੇ ਕੰਮ ਸਵਾਰਾਂਗੇ। ਹਮਰੋ ਕਿਦਾਂ ਗੁਰੂ ਕੋ ਹੋਏ, ਸਾਡਾ ਕੋਈ ਕੰਮ ਹੋਵੇਗਾ ਤੇ ਗੁਰੂ ਸਾਹਿਬ ਕਿਰਪਾ ਕਰਕੇ ਸਵਾਰ ਦੇਣਗੇ, ਤੇ ਗੁਰੂ ਘਰ ਦਾ ਕੋਈ ਕੰਮ ਹੋਵੇਗਾ ਤੇ ਅਸੀਂ ਕੋਈ ਪਿੱਛੇ ਹਟਾਂਗੇ, ਅਸੀਂ ਵੀ ਗੁਰੂ ਘਰ ਦੇ ਨਾਲ ਪੂਰਾ ਸਹਿਯੋਗ ਦਿਆਂਗੇ, ਗੁਰੂ ਘਰ ਦੀ ਸੇਵਾ ਕਰਾਂਗੇ। ਕਰੇ ਸੁਧਾਰ ਨਿਰਦੇਸ਼ ਦੋਏ, ਆ ਦੋਵੇਂ ਭਾਈਚਾਰਾ ਨਿਭਾਵਾਂਗੇ, ਇੱਕ ਦੂਜੀ ਦੇ ਨਾਲ ਖਲੋਵਾਂਗੇ ਸਾਰੀ ਜ਼ਿੰਦਗੀ। ਇਸ ਤਰ੍ਹਾਂ ਦੇ ਤੁਹਾਡੇ ਨੇੜੇ ਹੋਣ ਦੇ ਬੜੇ ਫਾਇਦੇ ਜਾਣ ਕੇ ਰਾਜਾ ਭੀਮ ਚੰਦ ਤੁਹਾਡੇ ਨਾਲ ਸਦੀਵੀ ਮਿਲਾਪ ਚਾਹੁੰਦਾ, ਹਮੇਸ਼ਾ ਦਾ ਪ੍ਰੇਮ ਚਾਹੁੰਦਾ ਹੈ। ਆਵਤ ਕੋ ਸਨਮਾਨ ਬਖਾਨ ਹੋ, ਆਉਂਦੇ ਹੋਏ ਤੇ ਕਿਰਪਾ ਕਰਿਆ ਜੇ, ਸਨਮਾਨ ਦਿਆ ਜੇ, ਵਧੇ ਪ੍ਰੇਮ ਜਿਮ ਕਰਨਾ ਠੰਨ ਹੋ। ਕਹਿੰਦੇ ਜਦ ਜਿਵੇਂ ਇਹੋ ਜਿਹੀ ਕਿਰਪਾ ਕਰਿਆ ਜੇ ਵੀ ਸਾਡਾ ਤੁਹਾਡਾ ਪ੍ਰੇਮ ਵਧਿਆ ਘਟੇ ਨਾ, ਇਹੋ ਜਿਹੀ ਕਿਰਪਾ ਬਖਸ਼ਿਸ਼ ਕਰਿਆ ਜੇ। ਸ੍ਰੀ ਕਲਗੀ ਧਰ ਕੋ ਰੁਖ ਪਾਏ, ਵਜ਼ੀਰ ਦੀ ਗੱਲ ਸੁਣ ਲਈ ਤੇ ਮਾਮੇ ਕਿਰਪਾਲ ਚੰਦ ਵੱਲ ਵੇਖਿਆ, ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਇਸ਼ਾਰਾ ਕੀਤਾ ਵੀ ਮਾਮਾ ਜੀ ਤੁਸੀਂ ਜਵਾਬ ਦਿਓ। ਮਾਤਲ ਉੱਤਰ ਦੀਸ ਬਨਾਏ, ਤੇ ਮੰਤਰੀ ਦੀ ਗੱਲ ਸੁਣ ਕੇ ਬੜੇ ਸੁਘੜ ਸਿਆਣੇ ਮਾਮਾ ਕਿਰਪਾਲ ਚੰਦ ਜੀ ਮਾਤਾ ਗੁਜਰੀ ਦੇ ਭਾਈ ਸਨ, ਗੁਰੂ ਹਰਗੋਬਿੰਦ ਸਾਹਿਬ ਦੀਆਂ ਫੌਜਾਂ 'ਚ ਰਹੇ ਸਨ, ਬਾਣੀ ਦੇ ਰਸੀਏ ਸਨ, ਬਚਨ ਵਿੱਚ ਬਲੀ ਸਨ, ਮਹਾਰਾਜ ਦੀ ਕਿਰਪਾ ਸੀ, ਛੇਵੇਂ ਪਾਤਸ਼ਾਹ ਤੋਂ ਲੈ ਕੇ ਦਸਵੇਂ ਪਾਤਸ਼ਾਹ ਦੇ ਪੰਜ ਗੁਰੂਆਂ ਦੇ ਦਰਸ਼ਨ ਕੀਤੇ ਸਨ, ਤਾਂ ਸੋਝੀ ਸੀ, ਬੜੀ ਸੁਰਤ ਨਾਲ ਸਮਝ ਨਾਲ ਜਵਾਬ ਦੇਣ ਲੱਗੇ। ਮੰਤਰੀ ਨੂੰ ਕਹਿੰਦੇ ਨੇ ਜੇ ਪ੍ਰੇਮੀ ਗੁਰ ਘਰ ਕੋ ਹੋਏ, ਕਹਿਣ ਲੱਗੇ ਵਜ਼ੀਰ ਜੀ ਜੀ ਆਇਆਂ ਨੂੰ ਤੁਸੀਂ ਆਏ ਹੋ, ਤੁਹਾਡਾ ਸਾਡੇ ਘਰ ਸਨਮਾਨ ਹੈ, ਜਿਹੜਾ ਗੁਰੂ ਘਰ ਦਾ ਪ੍ਰੇਮੀ ਹੋਵੇ ਆਦਰ ਕਿਉਂ ਨਾ ਪਾਏ ਢਿੱਗ ਸੋਏ, ਉਹਦਾ ਅਸੀਂ ਕਿਉਂ ਨਹੀਂ ਸਤਿਕਾਰ ਕਰਾਂਗੇ। ਜਿਹੜਾ ਗੁਰੂ ਘਰ ਨਾਲ ਪ੍ਰੇਮ ਕਰਦਾ, ਗੁਰੂ ਘਰ ਦੁੱਗਣਾ ਪ੍ਰੇਮ ਕਰਦਾ, ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰੂ ਕੋਟ ਪੈਂਡਾ ਆ ਕੇ ਹੋਏ ਲੇਤ ਹੈ, ਭਾਵਨੀ ਭਗਤ ਪਾਏ ਕੌਡੀ ਅਗਰ ਭਾਗ ਰੱਖੇ, ਸ਼ਰਧਾ ਨਾਲ ਇੱਕ ਕੌਡੀ ਮੱਥਾ ਟੇਕਦਾ ਸਿੱਖ, ਅਤੇ ਸਤਿਗੁਰੂ ਸਰਬ ਨਿਧਾਨ ਦਾਨ ਦੇਤਾ, ਸਾਰੇ ਖਜ਼ਾਨੇ ਬਖਸ਼ ਦਿੰਦਾ। ਇਹ ਗੁਰੂ ਘਰ ਹੈ, ਇਹਦਾ ਨਿਮਾਣਿਆਂ ਦਾ ਮਾਣ, ਨਿਤਾਣਿਆਂ ਦਾ ਤਾਣ, ਨਿਓਟਿਆਂ ਦੀ ਓਟ ਹੈ। ਜਥਾ ਭਾਵਨਾ ਜਿਹਦਾ ਉਠਾਵੇ, ਰਾਜਾ ਜੀ ਜਿੱਦਾਂ ਦੀ ਕੋਈ ਭਾਵਨਾ ਲੈ ਕੇ ਆਉਂਦਾ ਮਨ ਵਿੱਚ, ਉਹਦੇ ਜੋ ਖਿਆਲ ਅੰਦਰ ਚੱਲ ਰਿਹਾ ਹੁੰਦਾ, ਜੋ ਉਹਦੇ ਧੁਰ ਹਿਰਦੇ ਵਿੱਚੋਂ ਭਾਵਨਾ ਬਣਦੀ ਹੈ, ਸ੍ਰੀ ਸਤਿਗੁਰੂ ਤੇ ਤਤ ਛਿਨ ਪਾਵੇ, ਉਹਦਾ ਫਲ ਸਤਿਗੁਰੂ ਤੋਂ ਤਤ ਛਿਨ ਹੀ ਮਿਲ ਜਾਂਦਾ। ਚੰਗੀ ਭਾਵਨਾ ਲੈ ਕੇ ਆਓ ਤੇ ਚੰਗੇ ਫਲ ਲੈ ਕੇ ਜਾਓ, ਇਹ ਤਾਂ ਗੁਰੂ ਘਰ ਦੀ ਵਡਿਆਈ ਹੈ। ਇਹ ਤਾਂ ਕਿਰਪਾ ਸਕਲ ਪਰ ਧਰੈ, ਇਹ ਸਤਿਗੁਰੂ ਜੀ ਹਨ, ਗੁਰੂ ਨਾਨਕ ਦੀ ਗੱਦੀ ਦੇ ਮਾਲਕ ਹਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਇਹ ਤਾਂ ਸਭ 'ਤੇ ਕਿਰਪਾ ਕਰਦੇ ਸਤਿਗੁਰੂ, ਸਭਨਾਂ ਦਾ ਭਲਾ ਮਨਾਏਂਦਾ, ਇਹ ਤਾਂ ਕਿਸੇ ਦੇ ਵੈਰੀ ਹੈ ਹੀ ਨਹੀਂ, ਇਹ ਤਾਂ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ,
ਇਹ ਤਾਂ ਸਰਬੱਤ ਦਾ ਭਲਾ ਕਰਨ ਵਾਲੇ ਸਤਿਗੁਰੂ ਹਨ। ਰੰਗ ਰਾਵ ਕੀ ਕਾਮਨ ਪੁਰੈ, ਇਹਨਾਂ ਦੇ ਬੂਹੇ ਤੇ ਰਾਜੇ ਵੀ ਆਉਂਦੇ ਨੇ, ਇਹਨਾਂ ਦੇ ਬੂਹੇ ਤੇ ਭਿਖਾਰੀ ਵੀ ਆਉਂਦੇ ਨੇ, ਇਹ ਸਭ ਦੀਆਂ ਝੋਲੀਆਂ ਭਰਦੇ ਨੇ, ਕਿਉਂਕਿ ਇਹ ਸਾਰੀ ਦੁਨੀਆਂ ਤੋਂ ਵੱਡੇ ਰਾਜੇ ਹਨ। ਭੀਮ ਚੰਦ ਕਹਿਲੂਰੀ ਰਾਜਾ, ਭੀਮ ਚੰਦ ਜੋ ਕਹਿਲੂਰ ਦਾ ਰਾਜਾ ਹੈ, ਦੂਜਾ ਗੁਰੂ ਪ੍ਰੇਮ ਉਪ ਰਾਜਾ, ਇੱਕ ਤਾਂ ਉਹ ਸਾਡੇ ਇਲਾਕੇ ਦਾ ਰਾਜਾ ਹੈ, ਸਾਡਾ ਗੁਆਂਢੀ ਹੈ, ਉਹ ਸਰਕਾਰ ਹੈ ਉਹਦੀ, ਉਹ ਸਾਡਾ ਰਾਜਾ ਹੈ, ਇੱਕ ਤਾਂ ਕਹਿਲੂਰ ਦਾ ਰਾਜਾ ਹੈ, ਦੂਜਾ ਬੜੀ ਖੁਸ਼ੀ ਦੀ ਗੱਲ ਹੈ ਵੀ ਉਹਨੇ ਆਪਣੇ ਮਨ ਦਾ ਪ੍ਰੇਮ ਜ਼ਾਹਰ ਕੀਤਾ ਹੈ, ਉਹ ਗੁਰੂ ਘਰ ਨਾਲ ਪ੍ਰੇਮ ਕਰਨਾ ਚਾਹੁੰਦਾ ਹੈ। ਤ੍ਰਿਤੀਏ ਬਾਸ ਸਮੀਪ ਸਦੀਵਾ, ਤੇ ਤੀਜੀ ਗੱਲ ਹੈ ਗੁਆਂਢੀ ਵੀ ਹੈ ਸਾਡਾ, ਸਾਡੇ ਨੇੜੇ ਰਹਿੰਦਾ ਹੈ, ਮਿਲਣ ਸਹਿਤ ਪੁਨ ਕਰ ਮੰਨੀਵਾ, ਤੇ ਫਿਰ ਨਿਮਰਤਾ ਨਾਲ ਮਿਲਣਾ ਚਾਹੁੰਦਾ ਤੇ ਅਸੀਂ ਉਹਨੂੰ ਕਿਉਂ ਨਾ ਕਰੀਏ। ਜਿਹੜੇ ਬੰਦੇ ਦੇ ਮਨ ਵਿੱਚ ਗੁਰੂ ਨੂੰ ਮਿਲਣ ਦੀ ਸ਼ਰਧਾ ਹੈ ਤੇ ਗੁਰੂ ਘਰ ਦੇ ਦਰਵਾਜ਼ੇ ਤਾਂ ਖੁੱਲ੍ਹੇ ਹਰ ਵੇਲੇ। ਇਤਿਆਦਿਕ ਗੁਣ ਘਨੇ ਵਿਚਾਰ ਹੋ, ਵਜ਼ੀਰ ਜੀ ਇਹਨਾਂ ਸਾਰੀਆਂ ਗੱਲਾਂ ਨੂੰ ਚੰਗੀ ਤਰ੍ਹਾਂ ਵਿਚਾਰ ਲਈਏ, ਆਵਹ ਭਲੀ ਬਾਤ ਨਿਰਧਾਰ ਹੋ ਜੀ, ਆਇਆਂ ਨੂੰ ਰਾਜਾ ਜੀ ਨੂੰ ਕਹਿ ਦਿਓ, ਮਾਮਾ ਕਿਰਪਾਲ ਚੰਦ ਜੀ ਕਹਿੰਦੇ ਆ ਰਾਜਾ ਭੀਮ ਚੰਦ ਨੂੰ ਕਹੋ ਵੀ ਜਦੋਂ ਵੀ ਉਹਨਾਂ ਦਾ ਜੀ ਕਰੇ ਗੁਰੂ ਨਾਨਕ ਦਾ ਦਰਬਾਰ ਅੱਠੇ ਪੈਰ ਖੁੱਲ੍ਹਾ, ਜਦੋਂ ਮਰਜ਼ੀ ਆਓ ਜੀ ਆਇਆਂ ਨੂੰ। ਮੁਸਕਾਵਤ ਕਲਗੀਧਰ ਕਹਿਓ, ਸ੍ਰੀ ਕਲਗੀਧਰ ਪਾਤਸ਼ਾਹ ਮਹਾਰਾਜ ਅੰਤਰ ਜਾਮੀ ਹਨ, ਘੱਟ ਘੱਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ, ਮਹਾਰਾਜ ਭੂਤ ਦੇ ਵੀ ਗਿਆਤਾ ਹਨ ਅਤੇ ਭਵਿੱਖ ਦੇ ਵੀ ਗਿਆਤਾ ਹਨ, ਆਉਣ ਵਾਲੇ ਸਮੇਂ 'ਚ ਕੀ ਹੋਣਾ ਸਭ ਪਤਾ। ਤੇ ਸਤਿਗੁਰੂ ਹੱਸ ਪਏ, ਮੁਸਕਰਾ ਕੇ ਨਾ ਬੁੱਲਾਂ ਤੇ ਮੁਸਕਰਾਹਟ ਲਿਆ ਕੇ ਇਉਂ ਕਹਿਣ ਲੱਗੇ, ਗਿਰਪਤ ਸ਼ੌਕ ਕਾਹੇ ਬਹੁ ਲਹਿਓ, ਮੰਤਰੀ ਵੱਲ ਵੇਖ ਕੇ ਕਹਿੰਦੇ ਮੰਤਰੀ ਜੀ ਰਾਜਾ ਭੀਮ ਚੰਦ ਨੂੰ ਇੰਨਾ ਕਾਹਦਾ ਸ਼ੌਕ ਚੜ੍ਹ ਗਿਆ ਸਾਨੂੰ ਮਿਲਣ ਦਾ, ਆਖੋ ਸਤਨਾਮ ਸ੍ਰੀ ਵਾਹਿਗੁਰੂ, ਕਿਉਂਕਿ ਉਹਨਾਂ ਨੂੰ ਪਤਾ ਸੀ ਵੀ ਇਹ ਸ਼ੌਕ ਤਾਂ ਦੋ ਚਾਰ ਦਿਨਾਂ ਦਾ ਹੀ ਹੈ, ਗੱਲ ਤਾਂ ਉਹੀ ਹੋਣੀ ਹੈ ਜਿਹੜੀ ਅਕਾਲ ਪੁਰਖ ਨੇ ਪਹਿਲਾਂ ਲਿਖੀ ਹੋਈ ਹੈ। ਖਿਆਲ ਬਦਲ ਜਾਣੇ ਨੇ, ਵਿਚਾਰ ਬਦਲ ਜਾਣੇ ਨੇ, ਮਨ ਬਦਲ ਜਾਣਾ ਹੈ, ਪਿਆਰ ਤਾਂ ਗੱਲਾਂ ਦਾ ਹੀ ਹੈ, ਪਿਆਰ ਤਾਂ ਜੰਗ ਦੇ ਮੈਦਾਨ 'ਚ ਪਤਾ ਲੱਗਣਾ। ਉਹ ਭੀਮ ਚੰਦ ਬਾਰੇ ਸਤਿਗੁਰੂ ਕਹਿੰਦੇ ਨੇ ਕਿ ਗਿਰਪਤ ਸ਼ੌਕ ਕਾਹੇ ਬਹੁ ਲਇਓ, ਉਹਨੇ ਉਹਨੂੰ ਕਿਹੜੀ ਗੱਲ ਦਾ ਸ਼ੌਕ ਹੈ, ਕਰਨ ਅਖੇਰ ਕਿਤਕ ਮਨ ਭਾਵੈ, ਉਹਦੇ ਕਿਹੜੇ ਕਿਹੜੇ ਸ਼ੌਕ ਨੇ, ਉਹਦਾ ਸੁਭਾਅ ਕਿੱਦਾਂ ਦਾ ਤੁਹਾਡੇ ਰਾਜੇ ਦਾ, ਉਹਨੂੰ ਸ਼ਿਕਾਰ ਖੇਡਣਾ ਚੰਗਾ ਲੱਗਦਾ, ਉਹ ਸ਼ਿਕਾਰ ਦਾ ਸ਼ੌਕ ਰੱਖਦਾ। ਹਾਂਜੀ, ਕੈਸੋ ਅਸ ਪਰ ਚੜ੍ਹਨ ਸੁਹਾਵੈ, ਘੋੜੇ ਕਿੱਦਾਂ ਦੇ ਪਸੰਦ ਕਰਦਾ ਤੁਹਾਡਾ ਰਾਜਾ, ਸਤਿਗੁਰੂ ਪਾਤਸ਼ਾਹ ਉਹਦੀ ਉਹਦੇ ਬਾਰੇ ਜਾਣਕਾਰੀ ਲੈ ਰਹੇ ਵੀ ਉਹ ਕਿੱਥੇ ਖੜਾ, ਕੀ ਉਹ ਸ਼ਿਕਾਰ ਖੇਡਣ ਦਾ ਸ਼ੌਕ ਰੱਖਦਾ ਜਿਵੇਂ ਅਸੀਂ ਰੱਖਦੇ ਹਾਂ, ਉਹ ਘੋੜੇ ਦਾ ਸ਼ੌਕੀਨ ਹੈ, ਉਹਦੇ ਕੋਲ ਘੋੜੇ ਕਿੱਦਾਂ ਦੇ ਨੇ ਅਤੇ ਕਿੱਦਾਂ ਦੇ ਘੋੜੇ ਦੀਆਂ ਸਵਾਰੀ ਕਰਦਾ ਉਹ, ਕਿਸ ਆਯਦ ਕੋ ਹੈ ਅਭਿਆਸਾ, ਪਾਤਸ਼ਾਹ ਪੁੱਛਦੇ ਨੇ ਸ਼ਸਤਰ ਕਿਹੜਾ ਚਲਾ ਲੈਂਦਾ, ਬੰਦੂਕ ਵਧੀਆ ਚਲਾਉਂਦਾ, ਤੀਰ ਵਧੀਆ ਚਲਾਉਂਦਾ, ਕਿ ਬਰਛੇ ਦਾ ਖਿਡਾਰੀ ਚੰਗਾ, ਜਾਂ ਢਾਲ ਤਲਵਾਰ ਦਾ, ਜਾਂ ਕਟਾਰ ਦਾ, ਕਿਹੜੇ ਸ਼ਸਤਰ ਦਾ ਅਭਿਆਸੀ ਹੈ, ਰੱਖੇ ਤਫੰਗ ਕਿ ਚਾਂਪ ਸੋ ਪਾਸਾ, ਆਪਣੇ ਕੋਲ ਤੀਰ ਕਮਾਨ ਰੱਖਦਾ ਕਿ ਬੰਦੂਕ ਰੱਖਦਾ, ਕਿਉਂਕਿ ਸ਼ਸਤਰ ਉਹੀ ਬੰਦਾ ਕੋਲ ਰੱਖਦਾ ਜਿਹੜਾ ਉਹ ਚਲਾਉਣ ਵਿੱਚ ਜ਼ਿਆਦਾ ਮਾਹਰ ਹੋਏਗਾ, ਜਦੋਂ ਸ਼ੌਂਕ ਹੋਏਗਾ। ਮਹਾਰਾਜ ਕਲਗੀਧਰ ਪਾਤਸ਼ਾਹ ਸਾਰੇ ਹੀ ਸ਼ਸਤਰ ਚਲਾਉਣ ਵਿੱਚ ਸਿਰੇ 'ਤੇ ਮਾਸਟਰ ਸਨ, ਪਰ ਤੀਰ ਕਮਾਨ ਦਾ ਤਾਂ ਉਹਨਾਂ ਦਾ ਕੋਈ ਸ਼ਾਨੀ ਨਹੀਂ ਸੀ ਨਾ, ਸੱਤ ਸੱਤ ਮੀਲ 'ਤੇ ਤੀਰ ਮਾਰਿਆ ਕਲਗੀਧਰ ਪਾਤਸ਼ਾਹ ਨੇ, ਅਤੇ ਕਹਿੰਦੇ ਵੀ ਉਹ ਕਿਹੜੇ ਸ਼ਸਤਰ ਦਾ ਅਭਿਆਸੀ ਹੈ, ਤੀਰ ਕਮਾਨ ਜ਼ਿਆਦਾ ਚਲਾਉਂਦਾ ਜਾਂ ਗੋਲੀ ਦਾ ਜਾਂ ਕੋਈ ਹੋਰ ਸ਼ਸਤਰ ਦਾ ਉਹਨੂੰ ਸ਼ੌਂਕ ਹੈ। ਕੌਣ ਸੁਥਲ ਮੈਂ ਸੁਣਿਓ ਨਗਾਰਾ, ਸਾਡੇ ਨਗਾਰੇ ਦੀ ਆਵਾਜ਼ ਉਹਨੇ ਕਿੱਥੇ ਕੁ ਸੁਣੀ ਹੈ, ਅਸੀਂ ਨਗਾਰਾ ਵਜਾਇਆ ਕੱਲ੍ਹ ਅਤੇ ਅੱਜ ਵਜ਼ੀਰ ਜੀ ਆ ਗਏ,
ਤੇ ਕੋਈ ਨਗਾਰਾ ਉਹਦੇ ਕੰਨਾਂ 'ਚ ਪਿਆ, ਕਿੱਥੋਂ ਆਵਾਜ਼ ਸੁਣੀ ਹੈ? ਜਿਸ ਤੇ ਆਵਨ ਕੋ ਮਨ ਧਾਰਾ, ਇਹ ਸਾਡੇ ਨਗਾਰੇ ਦੀ ਆਵਾਜ਼ ਸੁਣ ਕੇ ਇੰਨਾ ਕਿਵੇਂ ਸ਼ੌਂਕ ਜਾਗਿਆ ਰਾਜੇ ਭੀਮ ਚੰਦ ਨੂੰ ਵੀ ਸਾਨੂੰ ਮਿਲਣ ਦੀ ਉਤਾਵਲਾ ਹੋ ਗਿਆ ਹੈ। ਹੱਥ ਜੋੜ ਕਹਿ ਅਰਜ ਵਜ਼ੀਰ, ਕਲਗੀਧਰ ਪਾਤਸ਼ਾਹ ਬੜੇ ਗਹਿਰੇ ਪੁੱਛ ਰਹੇ ਸਨ, ਬੜੀ ਗਹਿਰਾਈ 'ਚ ਰਾਜਨੀਤੀ ਦੇ ਪੰਡਿਤ ਸਨ ਸਤਿਗੁਰੂ ਮਹਾਰਾਜ, ਉਹ ਰਾਜਨੀਤੀ ਦੇ ਵੀ ਮਾਹਰ ਸਨ। ਪਤਾ ਸੀ ਵੀ ਅਗਲੇ ਬੰਦੇ ਨਾਲ ਵਾਹ ਪੈਣਾ, ਉਹਦੇ ਬਾਰੇ ਪੁੱਛੀਏ ਤਾਂ ਸਹੀ ਕਿੱਥੇ ਖੜਾ ਹੋ। ਤੇ ਜਦੋਂ ਹਜ਼ੂਰ ਨੇ ਪੁੱਛਿਆ ਤੇ ਹੱਥ ਜੋੜ ਕੇ ਵਜ਼ੀਰ ਦੇਵੀਦਾਸ ਕਹਿਣ ਲੱਗਾ, ਗਿਰਪਤ ਭੀਮ ਬੰਦ ਬਰਬੀਰ, ਕਹਿਣ ਲੱਗਾ ਜੀ ਰਾਜਾ ਭੀਮ ਚੰਦ ਬੜਾ ਯੋਧਾ ਹੈ, ਬੜੇ ਸ਼ਸਤਰ ਚਲਾਣੇ ਜਾਣਦਾ ਹੈ, ਸੈਲਪਤੀ ਸਭ ਆਇਸ ਮਨ ਹੈ, ਤੇ 22 ਧਾਰ ਦੇ ਸਾਰੇ ਰਾਜੇ ਉਹਦੀ ਆਗਿਆ ਮੰਨਦੇ ਨੇ। ਉਹਨੂੰ ਬੰਦੂਕ ਵੀ ਚਲਾਉਣੀ ਆਉਂਦੀ ਹੈ, ਉਹਨੂੰ ਤੀਰ ਵੀ ਚਲਾਉਣਾ ਆਉਂਦਾ, ਉਹ ਢਾਲ ਤਲਵਾਰ ਦਾ ਵੀ ਖਿਡਾਰੀ ਹੈ, ਘੋੜੇ ਦਾ ਵੀ ਸ਼ਾਹ ਸਵਾਰ ਹੈ, ਜੰਗਾਂ ਯੁੱਧਾਂ ਦਾ ਵੀ ਉਹ ਮਾਹਰ ਹੈ। ਜਦੋਂ ਇਹ ਗੱਲ ਕੀਤੀ ਤੇ ਨਾਲ ਕਹਿੰਦੇ ਵੀ ਉਹਦੀ 22 ਧਾਰ ਦੇ ਰਾਜੇ ਉਹਦੀ ਆਗਿਆ ਮੰਨਦੇ ਨੇ, ਸਮਤਵੰਤ ਅਤ ਮਸਲਤ ਠਨ ਹੈ, ਤੇ ਸਿਆਣੇ ਸਿਆਣੇ ਮੰਤਰੀਆਂ ਦੀ ਸਲਾਹ ਰਹਿੰਦਾ ਹੈ। ਬੜੇ ਬੜੇ ਸਿਆਣੇ ਮੰਤਰੀ ਭੀਮ ਚੰਦ ਨੇ ਆਪਣੀ ਸਭਾ ਚ ਰੱਖੇ ਹੋਏ ਨੇ। ਰਾਜਨੀਤ ਮਹਿਨ ਪੁੰਨ ਵਿਸਾਲਾ, ਗੁਰੂ ਜੀ ਸਾਡਾ ਰਾਜਾ ਰਾਜਨੀਤੀ ਚ ਵੀ ਬੜਾ ਮਾਹਰ ਹੈ, ਉਹ ਰਾਜਨੀਤੀ ਦੇ ਸਾਰੇ ਦਾ ਪੇਚ ਜਾਣਦਾ ਹੈ। ਸਭ ਤੇ ਅਧਿਕ ਚਮੂ ਤੇ ਸੰਨਾਲਾ, ਤੇ 22 ਧਾਰ ਦੇ ਰਾਜਿਆਂ ਵਿੱਚੋਂ ਸਭ ਤੋਂ ਜ਼ਿਆਦਾ ਫੌਜ ਸਾਡੇ ਭੀਮ ਚੰਦ ਰਾਜੇ ਕੋਲ ਹੈ। ਕਬ ਕਬ ਚੜ੍ਹੈ ਅਖੇਰ ਕਰਨ ਕੋ, ਸ਼ਿਕਾਰ ਦਾ ਵੀ ਸ਼ੌਂਕ ਰੱਖਦਾ, ਕਦੀ ਕਦੀ ਮਹੀਨੇ 'ਚ 2-4 ਵਾਰੀ ਸ਼ਿਕਾਰ ਵੀ ਖੇਡਣ ਜਾਂਦਾ ਹੈ। ਬਹੁ ਅਭਿਆਸਤ ਸ਼ਸਤਰ ਧਰਨ ਕੋ, ਤੇ ਸ਼ਸਤਰਾਂ ਦਾ ਬੜਾ ਅਭਿਆਸੀ ਹੈ, ਸ਼ਸਤਰ ਚੰਗੇ ਤੋਂ ਚੰਗੇ ਰੱਖਦਾ ਹੈ। ਤੁਮ ਸ਼ਿਕਾਰ ਕੋ ਕਰਨ ਗਏ ਜਬ, ਗੁਰੂ ਜੀ ਕੱਲ ਜਦੋਂ ਤੁਸੀਂ ਸ਼ਿਕਾਰ ਖੇਡਣ ਗਏ ਸੀ, ਗ੍ਰਾਮਨ ਮਹਿ ਨਿਕਟ ਹੁਤੋ ਤਬ, ਉਦੋਂ ਸਾਡਾ ਰਾਜਾ ਆਪਣੇ ਪਿੰਡਾਂ ਦੇ ਵਿੱਚ ਸੈਰ ਕਰਦਾ, ਪਿੰਡਾਂ ਦੀ ਖਬਰ ਸਾਰ ਲੈਂਦਾ ਫਿਰਦਾ ਸੀ। ਦੇਖੋ ਆ ਗਿਆ ਅਬ ਲੈ ਕਰ ਆਉ, ਤੇ ਮਹਾਰਾਜ ਉਹਨੇ ਤੁਹਾਡੀ ਆਵਾਜ਼ ਸੁਣੀ ਹੈ, ਤੁਹਾਡੇ ਦਰਸ਼ਨਾਂ ਦੀ ਉਹਦੇ ਮਨ 'ਚ ਚਾਹਨਾ ਹੋਈ ਹੈ, ਹੁਣ ਆਗਿਆ ਦਿਓ, ਹੁਕਮ ਦਿਓ, ਮੈਂ ਆਪਣੇ ਰਾਜੇ ਨੂੰ ਹਜ਼ੂਰ ਦੇ ਚਰਨਾਂ ਵਿੱਚ ਲਿਆਵਾਂ, ਉਹ ਤੁਹਾਡੇ ਦਰਸ਼ਨ ਕਰਨੇ ਚਾਹੁੰਦਾ ਹੈ। ਸੁਦਰਾਵਰ ਕੀ ਸ਼ਕਲ ਸੁਣਾਓ, ਆਪ ਜੀ ਦੇ ਬਾਰੇ ਮੈਂ ਜਾ ਕੇ ਉਹਨੂੰ ਦੱਸਾਂਗਾ ਵੀ ਆਪ ਜੀ ਦਾ ਬੜਾ ਚੰਗਾ ਸੁਭਾਅ ਵੇਖਿਆ ਹੈ, ਤੁਸੀਂ ਬੜੇ ਮਿਲਾਪੜੇ ਹੋ, ਮੈਂ ਦੱਸਾਂਗਾ ਤੇ ਰਾਜਾ ਜੀ ਖੁਸ਼ ਹੋਣਗੇ, ਤੇ ਰਾਜਾ ਜੀ ਤੁਹਾਡੇ ਕੋਲ 2-4 ਦਸਾਂ ਦਿਨਾਂ ਦੇ ਅੰਦਰ ਅੰਦਰ ਟਾਈਮ ਜਦੋਂ ਤੁਸੀਂ ਕਹੋਗੇ ਆ ਜਾਵੇਗਾ ਰਾਜਾ ਸਾਡਾ। ਬਹੁਮੁੱਲਾ ਸਿਰ ਪਾਓ ਮੰਗਾਇਓ, ਇਹ ਸੁਣ ਕੇ ਸ੍ਰੀ ਕਲਗੀਧਰ ਜੀ ਨੇ ਇਸ਼ਾਰਾ ਕੀਤਾ ਦੀਵਾਨ ਆਨੰਦ ਚੰਦ ਜੀ, ਖਜ਼ਾਨੇ ਵਿੱਚੋਂ ਬੇਸ਼ਕੀਮਤੀ ਵਧੀਆ ਪੁਸ਼ਾਕੇ ਦਸਤਾਰੇ ਤੇ ਸਰੋਪੇ ਲੈ ਕੇ ਆਏ। ਕਰ ਗੁਰ ਹੁਕਮ ਵਜ਼ੀਰ ਦਿਵਾਇਓ, ਤੇ ਮਾਮਾ ਕਿਰਪਾਲ ਚੰਦ ਨੂੰ ਇਸ਼ਾਰਾ ਕੀਤਾ ਵੀ ਇਹਦੇ ਗਲ ਸਰੋਪਾ ਪਾ ਦਿਓ, ਉਹਨੂੰ ਦਸਤਾਰ ਦਿੱਤੀ, ਸਰੋਪਾ ਦਿੱਤਾ, ਖਿਲਤ ਦਿੱਤਾ। ਗੁਰੂ ਗੋਬਿੰਦ ਸਿੰਘ ਜੀ ਨੇ ਮੰਤਰੀ ਦਾ ਬਹੁਤ ਸਤਿਕਾਰ ਕੀਤਾ, ਘਰ ਬੰਧਨ ਕੋ ਰੁਖਸਤ ਹੋਇਓ, ਤੇ ਉਹ ਵਜ਼ੀਰ ਮਹਾਰਾਜ ਦੇ ਚਰਨਾਂ ਦੇ ਮੱਥਾ ਟੇਕ ਕੇ ਨਾ ਉਹ ਬੜਾ ਨਿਹਾਲ ਹੋਇਆ, ਬਹੁਤ ਉੱਤੇ ਕਿਰਪਾ ਹੋਈ। ਬਾਕੀ ਤਾਂ ਭੀਮ ਚੰਦ ਦੇ ਦਰਬਾਰ 'ਚ ਕੋਈ ਵੀ ਨਹੀਂ ਸੀ ਜਿਹੜਾ ਗੁਰੂ ਘਰ ਦਾ ਪੱਖੀ ਸੀ, ਪਰ ਅੱਗੇ ਕਥਾ ਆਉਣੀ ਹੈ। ਵਜ਼ੀਰ ਹਮੇਸ਼ਾ ਗੁਰੂ ਘਰ ਦੇ ਪੱਖ ਦੀ ਗੱਲ ਕਰਦਾ ਰਿਹਾ, ਕਿਉਂਕਿ ਇਹਨੇ ਸ੍ਰੀ ਕਲਗੀਧਰ ਪਾਤਸ਼ਾਹ ਦੀ ਰੂਹਾਨੀ ਸ਼ਕਤੀ ਨੂੰ ਦੇਖ ਲਿਆ। ਤੋ ਉਹ ਮਹਾਰਾਜ ਨੂੰ ਮੱਥਾ ਟੇਕ ਕੇ ਰੁਖਸਤ ਹੋਇਆ, ਵਿਦਾ ਹੋਇਆ। ਹਰਖਤ ਬਹੁਤ ਸ਼ੀਲ ਜਤ ਜੋਯੋ, ਖੁਸ਼ ਹੋਇਆ, ਕਹਿਣ ਲੱਗਾ ਮਹਾਂਪੁਰਸ਼ ਬੜੇ ਦੇਖੇ ਨੇ, ਪਰ ਇਹੋ ਜਿਹਾ ਜਲਾਲ, ਇਹੋ ਜਿਹਾ ਪ੍ਰਤਾਪ, ਇਹੋ ਜਿਹੀ ਸ਼ਾਂਤੀ, ਇਹੋ ਜਿਹੀ ਕ੍ਰਾਂਤੀ, ਇਹੋ ਜਿਹਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਸੁਭਾਅ, ਉਹਦੇ 'ਤੇ ਉਹ ਮੋਹਿਆ ਗਿਆ। ਸੋ ਸਾਧ ਸੰਗਤ ਜੀ, ਸਤਿਗੁਰੂ ਪਾਤਸ਼ਾਹ ਤੋਂ ਸਰੋਪਾ ਲੈ ਕੇ ਰਾਜਾ ਭੀਮ ਚੰਦ ਨੂੰ ਜਾ ਕੇ ਦੱਸੇਗਾ, ਅਤੇ ਫਿਰ ਰਾਜਾ ਭੀਮ ਚੰਦ ਗੁਰੂ ਸਾਹਿਬ ਕੋਲ ਦਰਸ਼ਨਾਂ ਲਈ ਆਵੇਗਾ। ਪਹਿਲਾਂ ਤਾਂ ਵੇਖੇਗਾ ਜਾਹੋ ਜਲਾਲ,
ਫਿਰ ਜਦੋਂ ਗੁਰੂ ਘਰ ਦੀਆਂ ਉਹ ਚੀਜ਼ਾਂ ਵੇਖੇਗਾ, ਹਾਥੀ, ਗੁਰੂ ਘਰ ਦੇ ਤੰਬੂ, ਗੁਰੂ ਘਰ ਦੇ ਘੋੜੇ, ਗੁਰੂ ਘਰ ਦੀਆਂ ਫੌਜਾਂ, ਫਿਰ ਉਹਦਾ ਮਨ ਉਹੀ ਈਰਖਾ ਦੇ ਨਾਲ ਵੀ ਮੈਂ ਰਾਜਾ ਹਾਂ, ਮੇਰੇ ਕੋਲ ਇੰਨਾ ਕੁਛ ਨਹੀਂ ਅਤੇ ਇਹ ਸਾਧ ਹੋ ਕੇ ਇੰਨਾ ਕੁਛ ਲਈ ਫਿਰਦੇ ਨੇ, ਫਿਰ ਮਨ 'ਚ ਦੂਜਾ ਖਿਆਲ ਆ ਜਾਏਗਾ। ਇਹ ਬੰਦੇ ਦਾ ਮਨ ਹੈ, ਕਭੂ ਜੀੜਾ ਉਹ ਵਿਚੜਤ ਹੈ ਕਭੂ ਜਾਏ ਪਿਆਲੇ। ਕਦੀ ਤਾਂ ਬੰਦਾ ਰੱਬ ਦੀਆਂ ਗੱਲਾਂ ਕਰਦਾ ਅਤੇ ਕਦੇ ਬੰਦਾ ਇੰਨਾ ਨੀਵਾਂ ਪਤਾਲ 'ਚ ਚਲਾ ਜਾਂਦਾ, ਇਹ ਕੋਈ ਪਤਾ ਨਹੀਂ ਕਿਹੜੇ ਵੇਲੇ ਕਿਸੇ ਦੇ ਮਨ ਦੀ ਕੀ ਦਸ਼ਾ ਹੋਣੀ ਹੈ। ਲੋਭੀ ਜੀੜਾ ਥਿਰ ਨਾ ਰਹਿਤ ਹੈ ਚਾਰੇ ਕੁੰਡਾਂ ਪਾਲੇ। ਉਹ ਰਾਜਾ ਭੀਮ ਚੰਦ ਦੀ ਕਥਾ ਆਪਾਂ ਅੱਗੇ ਸਰਵਣ ਕਰਾਂਗੇ, ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਹੇ ਗੋਬਿੰਦ, ਹੇ ਗੋਪਾਲ, ਹੇ ਪ੍ਰਾਣ ਨਾਥ ਅਨਾਥ ਸਖੇ ਦੀਨ, ਹੇ ਸਮਰਾਥ ਅਗੰਮ ਪੂਰਨ, ਅੰਧ ਕੂਪ ਮਹਾ ਭਿਆਨ, ਹਾਏ ਪ੍ਰਭ ਸਰਣਾਗਤੀ, ਕਿਰਪਾ ਨਿਧ ਦਿਆਲ, ਹੇ ਅਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ, ਵਾਹਿਗੁਰੂ ਨਾਮ ਜਹਾਜ਼ ਹੈ, ਚੜੇ ਸੋ ਤਰੇ ਪਾਰ, ਜੋ ਸ਼ਰਧਾ ਕਰ ਸੇਵੰਦੇ, ਗੁਰ ਪਾਰੇ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿ